ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮੇਂ ਜੀਓ ਸੈਟੀਵੀ ਮੈਂ ਹਾਂ ਸੰਜੀਵ ਯਸ਼ਕਰਨਾ ਤੁਹਾਡਾ ਸਾਰਿਆਂ ਦਾ ਸਵਾਗਤ ਖਬਰ ਜੰਕਸ਼ਨ ਦੇ ਵਿੱਚ ਮੇਰੇ ਨਾਲ ਨੇ ਨਰਿੰਦਰ ਸਤੀ ਜੀ ਸੋ ਸਤੀ ਜੀ ਪੰਜਾਬ ਦੇ ਵਿੱਚ ਨਾ ਕੁਝ ਨਵੀਂ ਹਲਚਲ ਹੈ ਇਸ ਵਕਤ ਕੁਝ ਇੱਕ ਵੀਡੀਓ ਵਾਇਰਲ ਹੋ ਰਹੀ ਨੇ ਪਹਿਲਾਂ ਇੱਕ ਵੀਡੀਓ ਦੀ ਆਪਾਂ ਗੱਲ ਕਰਾਂਗੇ ਕਿਉਂਕਿ ਉਹਦਾ ਸੰਬੰਧ ਸਾਡੇ ਹੀਰੋ ਦੇ ਨਾਲ ਹੈ ਸਾਡਾ ਜੋ ਨੌਜਵਾਨਾਂ ਦਾ ਹੀਰੋ ਆਜ਼ਾਦੀ ਕੁਲਾਟਿਆ ਸ਼ਹੀਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਵੀਡੀਓ ਕਾਫੀ ਪੁਰਾਣੀ ਹੈ ਪਰ ਵਾਇਰਲ ਕਾਫੀ ਜ਼ਿਆਦਾ ਹੁਣ ਹੋ ਰਹੀ ਹੈ ਔਰ ਬਿਆਨ ਵੀ ਆ ਰਹੇ ਨੇ ਵਕ ਵਕ ਤਰ੍ਹਾਂ ਤੋਂ ਵਕ ਵਕ ਲੀਡਰਸ ਦੇ ਤੇ ਉਹ ਇੱਕ ਇੰਟਰਵਿਊ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਜੋ ਸਾਡੇ ਸੰਗਰੂਰ ਤੋਂ ਜ਼ਿਮਨੀ ਚੋਣ ਦੇ ਵਿੱਚ ਜਿੱਤੇ ਨੇ ਤੇ ਹੁਣ ਜਾਣ ਵਾਲੇ ਨੇ ਅੱਗੇ ਸਾਡੇ ਪੰਜਾਬ ਨੂੰ ਪ੍ਰਤੀਨਿਧੀ ਬਣਦੇ ਰੂਪ ਦੇ ਵਿੱਚ ਤੇ ਸਾਡੇ ਪੰਜਾਬ ਨੂੰ ਜਾ ਕੇ ਅੱਗੇ ਉਜਾਗਰ ਕਰਨਗੇ ਪੂਰੀ ਦੁਨੀਆ ਦੇ ਵਿੱਚ ਭਾਰਤ ਦੇ ਵਿੱਚ ਉਹਨਾਂ ਦੀ ਇੱਕ ਪੁਰਾਣੀ ਇੰਟਰਵਿਊ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਗਤ ਸਿੰਘ ਇੱਕ ਅਤਵਾਦੀ ਸੀ ਜਿਹਨੇ ਇਨੋਸੈਂਟ ਪੁਲਿਸ ਵਾਲਿਆਂ ਨੂੰ ਗੋਲੀ ਮਾਰੀ ਜੀ ਸੋ ਇਹ ਕਾਫੀ ਕੰਟਰੋਵਰਸ਼ੀਅਲ ਜੀ ਗੱਲ ਹੈ ਕਿ ਜਿਸ ਨੂੰ ਅਸੀਂ ਆਪਣਾ ਆਈਡਲ ਮੰਨਦੇ ਆ ਉਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਵੀਡੀਓ ਵਾਇਰਲ ਹੋਣ ਵਾਲੀ ਜਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਬਿਆਨ ਪਹਿਲੀ ਗੱਲ ਤੇ ਇਹ ਵੀ ਸਿਮਰਨਜੀਤ ਸਿੰਘ ਮਾਨ ਹੋਰੀ 80 ਨੂੰ ਟੁੱਕਣ ਲੱਗੇ ਨੇ 79 80 ਸਾਲ ਦੇ ਹੋ ਗਏ ਆ ਤੇ ਪਸ਼ੋਕੜ ਵੀ ਰਾਜਾ ਸ਼ਾਹੀ ਵਾਲਾ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸੁੱਖ ਨਾਲ ਸੰਡੂ ਨੇ ਸਕੀਆਂ ਭੈਣਾ ਦੋਵਾਂ ਦੇ ਘਰ ਜ਼ਕੀਰਦਾਰ ਪਰਿਵਾਰ ਨਾਲ ਤਾਲੁਕ ਰੱਖਦੇ ਆ ਉਹਨਾਂ ਨੇ ਭਗਤ ਸਿੰਘ ਨੂੰ ਅੱਤਵਾਦੀ ਦਰਸਾਉਂਦੀ ਜਿਹੜੀ ਆਪਣੇ ਵੀਡੀਓ ਆਪਾਂ ਦੇਖਦੇ ਆ ਫੇਰ ਉਹਦੀਆਂ ਜਿਹੜੀਆਂ ਰੈਪਰਕਸ਼ਨਸ ਨੇ ਸਮਾਜ ਦੇ ਵਿੱਚ ਲੋਕ ਉਹਨੂੰ ਕਿਦਾਂ ਲੈ ਰਹੇ ਆ ਸੋਸ਼ਲ ਮੀਡੀਆ ਅੱਜਕੱਲ ਆਪਾਂ ਸਾਰੇ ਦੇਖਦੇ ਆਂ ਵੀ ਸੋਸ਼ਲ ਮੀਡੀਆ ਤੇ ਬਹੁਤ ਛੇਤੀ ਗੱਲਾਂ ਵਾਇਰਲ ਹੁੰਦੀਆਂ ਉੱਤੇ ਬਿਆਨਬਾਜ਼ੀਆਂ ਆਉਂਦੀਆਂ ਕਮੈਂਟ ਆਉਂਦੇ ਆ ਆ ਉਹ ਇਸ ਤਰ੍ਹਾਂ ਕੁਝ ਦਾਨਿਸ਼ਵਰਾਂ ਦੀਆਂ ਆਂੀਆਂ ਪੋਸਟਾਂ ਆ ਮੇਰੇ ਧਿਆਨ ਦੇ ਵਿੱਚ ਆਇਆ ਕੋਈ ਕਿਸੇ ਨੇ ਟਵੀਟ ਕੀਤਾ ਕਿਸੇ ਨੇ ਫੇਸਬੁੱਕ ਤੇ ਕੋਈ ਵਟਸਐਪ ਮੈਸੇਜ ਦੇ ਰੂਪ ਦੇ ਵਿੱਚ ਦੇਖਣ ਵਿੱਚ ਆਇਆ ਉਹ ਕਹਿੰਦੇ ਭੀ ਇਹਦਾ ਮਤਲਬ ਤੇ ਇਹ ਹੋਇਆ ਭੀ ਫੇਰ ਉਦਮ ਸਿੰਘ ਖੁਰੀ ਵੀ ਅੱਤਵਾਦੀ ਨੇ ਮਦਨ ਲਾਲ ਢੀਂਗਰਾ ਵੀ ਅੱਤਵਾਦੀ ਹੈ ਚੰਦਰਸ਼ੇਖਰ ਆਜ਼ਾਦ ਵੀ ਅਤਵਾਦੀ ਨੇ ਤਾਂ ਫਿਰ ਤਾਂ ਨਵੀਂ ਪਰਵਾਸ਼ਾ ਲਿਖਣੀ ਪਊਗੀ ਪਈ ਇਹ ਮਤਲਬ ਅਤਵਾਦੀ ਕੌਣ ਆ ਤੇ ਦੇਸ਼ ਭਗਤ ਕੌਣ ਆ ਕਿਸੇ ਨੇ ਇਹ ਵੀ ਲਿਖਿਆ ਪਈ ਹੁਣ ਜੀ ਮਤਲਬ ਅਸਿਆਂ ਦਾ ਹੋ ਗਿਆ ਮਾਨ ਤੇ ਇਸ ਕਰਕੇ ਨਾ ਮਾਨਸਿਕ ਤਵਾਜ਼ਨ ਹਿੱਲ ਗਿਆ ਜਿਹੜਾ ਭਗਤ ਸਿੰਘ ਨੂੰ ਅਤਵਾਦੀ ਦੱਸਣ ਡਿਆ ਜੀ ਤੇ ਇਦਾਂ ਤਾਂ ਫਿਰ ਸਾਰਾ ਗੜੀ ਦੇ ਸ਼ਹੀਦ ਜਿਹੜੇ ਆ ਉਹ ਕਿਹੜੀ ਕੈਟੇਗਰੀ ਚਾਉਂਦੇ ਆ ਉਹ ਉਹ ਦੇਸ਼ ਲਈ ਤਾਂ ਲੜੇ ਮਰੇ ਨਹੀਂ ਅੰਗਰੇਜ਼ਾਂ ਲਈ ਲੜਦੇ ਮਰੇ ਨੇ ਬਿਲਕੁਲ ਇਹਦਾ ਮਤਲਬ ਉਹ ਉਹਨਾਂ ਨੂੰ ਫਿਰ ਆਪਾਂ ਸ਼ਹੀਦ ਨਹੀਂ ਮੰਨਦੇ ਉਹ ਤਾਂ ਰੋਟੀ ਰੋਜ਼ੀ ਲਈ ਅੰਗਰੇਜ਼ਾਂ ਦੀ ਚੱਕਰੀ ਕਰ ਰਹੇ ਸੀਗੇ ਤਾਂ ਉਹ ਸਾਰਾ ਗੜੀ ਦੇ ਸ਼ਹੀਦ ਕਿੱਥੋਂ ਹੋ ਗਏ ਉਹ ਪ੍ਰਵਾਸਾ ਬਦਲ ਗਏ ਪ੍ਰਵਾਸਾ ਬਦਲ ਗਈ ਨਾ ਸੋ ਉਹਨਾਂ ਦੇ ਆਪਾਂ ਦੇਖਦੇ ਆ ਇੰਗਲੈਂਡ ਦੇ ਵਿੱਚ ਯਾਦਗਾਰਾਂ ਵੀ ਬਣਾਈਆਂ ਹੋਈਆਂ ਸਾਰਾ ਗੜੀ ਦੇ ਸ਼ਹੀਦ ਜਿਹੜੇ ਸਿੱਖ ਰਜiment ਦੇ ਜਵਾਨ ਅਫਸਰ ਸੀਗੇ ਛੁੱਟੀ ਹੁੰਦੀ ਆ ਗੁਰਦੁਆਰਾ ਉਧਰ ਫਿਰੋਜ਼ਪੁਰ ਵਾਲੇ ਪਾਸੇ ਔਰ ਉੱਥੇ ਉਹਨਾਂ ਦੇ ਨਾਂ ਲਿਖੇ ਹੋਏ ਆ ਇੰਗਲੈਂਡ ਦੇ ਵਿੱਚ ਬਕਾਇਦਾ ਇੱਕ ਗਰਾਊਂਡ ਦੇ ਵਿੱਚ ਉਹਨਾਂ ਦਾ ਸਾਰਾ ਲੱਗਿਆ ਹੋਇਆ ਸੋ ਜਿਹੜਾ ਭਗਤ ਸਿੰਘ ਨੂੰ ਨਥੂਰਾਮ ਗੋਡਸੇ ਨੂੰ ਜਿਹੜਾ ਗਾਂਧੀ ਨੂੰ ਮਾਰਦਾ ਉਹਦੀ ਅੱਜ ਕੱਲ ਉਹਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੋ ਲੋਕਾਂ ਨੂੰ ਤਾਂ ਇਹ ਵੀ ਯੂਜ਼ਰ ਆ ਵੀ ਸਿੱਧੂ ਮੂਸੇਵਾਲਾ ਜਿਹਦੇ ਗੀਤਾਂ ਨਾਲ ਕੋਈ ਜ਼ਰੂਰੀ ਨਹੀਂ ਵੀ ਉਹਦੇ ਸਾਰੇ ਗੀਤ ਜਿਹੜੇ ਆ ਉਹ ਸਮਾਜ ਸੁਧਾਰ ਵਾਲੇ ਸੀ ਜਾਂ ਸਾਰੇ ਗੀਤ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਾਲੇ ਸੀਗੇ ਪੇ ਉਹਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਦੀਪ ਸਿੱਧੂ ਅੱਜ ਕੱਲ ਹੀਰੋ ਬਣ ਰਿਹਾ ਠੀਕ ਹੈ ਤੇ ਭਗਤ ਸਿੰਘ ਜਿਹਦੀ ਦੇਸ਼ ਲਈ ਕੁਰਬਾਨੀ ਵੀ ਆ ਜਿਹੜਾ ਚੜ੍ਹਦੀ ਉਮਰੇ ਦੇਸ਼ ਲਈ ਸ਼ਹੀਦ ਹੋਇਆ ਫਾਂਸੀ ਦਾ ਰਸਾ ਚੁੰਮਿਆ ਉਹ ਅੱਜ ਇਹਨਾਂ ਲੋਕਾਂ ਨੂੰ ਅੱਤਵਾਦੀ ਦੱਸਦਾ ਜਿਹਦੇ ਬਜ਼ੁਰਗ ਰੂਤ ਸਿੰਘ ਹੋਰੀ ਐਡਵਾਈਰ ਵਰਗਿਆਂ ਨੂੰ ਸਰੂਪੇ ਦਿੰਦੇ ਰਹੇ ਆ ਸੋ ਜਿਹੜਾ ਪਰਵਾਸ਼ਾ ਆ ਅੱਤਵਾਦੀ ਉਹ ਕੀ ਆ ਇਹ ਕਿਹੜੇ ਮਤਲਬ ਮੇਰੀ ਜਾਚੇ ਤਾਂ ਇਦਾਂ ਆ ਵੀ ਇਹ ਸਾਰਾ ਕੁਝ ਇੱਕ ਸਾਜ਼ਿਸ਼ ਦੇ ਤਹਿਤ ਸਾਡੇ ਜਿਹੜੇ ਨਾਇਕ ਲੋਕ ਆ ਉਹਨਾਂ ਨੂੰ ਲੋਕਾਂ ਦੇ ਮਨਾਂ ਚੋਂ ਚੇਤਿਆਂ ਚੋਂ ਵਿਸਾਰ ਦੇਣ ਲਈ ਇਹ ਇੱਕ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਕੀਤਾ ਜਾ ਰਿਹਾ ਜੋ ਮੈਨੂੰ ਲੱਗਦਾ ਕੁਝ ਸਮਾਂ ਪਹਿਲਾਂ ਸਾਊਥ ਇੰਡੀਆ ਦੇ ਵਿੱਚ ਸਕੂਲਾਂ ਦੇ ਸਿਲੇਬਸ ਵਿੱਚੋਂ ਭਗਤ ਸਿੰਘ ਦਾ ਚੈਪਟਰ ਹਟਾ ਦਿੱਤਾ ਗਿਆ ਉਹਦੀ ਥਾਂ ਦੇ ਉੱਤੇ ਜੋ ਇਹ ਸੰਸਥਾਪਕ ਨੇ ਜਨ ਸੰਘ ਦੇ ਜੀ ਉਹਨਾਂ ਦਾ ਚੈਪਟਰ ਲਗਾ ਦਿੱਤਾ ਗਿਆ ਤੁਸੀਂ ਬੇਸ਼ੱਕ ਲਗਾਓ ਹੋਰ ਵੀ ਲਗਾਓ ਹਾਂ ਤੇ ਭਗਤ ਸਿੰਘ ਦਾ ਹਟਾ ਕਿ ਉਹ ਕਿਉਂ ਲਾਇਆ ਜਾਵੇ ਭਗਤ ਸਿੰਘ ਨੂੰ ਹਟਾਣ ਦੀ ਲੋੜ ਕਿ ਪੈ ਗਈ ਕਿ ਭਗਤ ਸਿੰਘ ਇੰਨਾ ਇੰਪੋਰਟੈਂਟ ਨਹੀਂ ਕਿ ਉਹਦੇ ਬਾਰੇ ਪੜਾਇਆ ਜਾਵੇ ਜਿਹੜੀਆਂ ਕੁਰਬਾਨੀਆਂ ਦੇਸ਼ ਲਈ ਇਹਨਾਂ ਇਹਨਾਂ ਦੇਸ਼ ਭਗਤਾਂ ਨੇ ਕੀਤੀਆਂ ਔਰ ਖਾਸ ਕਰਕੇ ਪੰਜਾਬੀਆਂ ਨੇ ਜੀ ਉਹ 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 ਜਿਹਾ ਵਰਨਣ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲਦਾ ਪਈ ਕਿੰਨਾ ਨਿੱਕੀਆਂ ਨਿੱਕੀਆਂ ਉਮਰਾਂ ਚ ਫਾਂਸੀ ਦੇ ਰਸੇ ਚੁੰਮੇ ਆਪਣੇ ਨਾਮਤਾਰੀ ਸਿੰਘ ਜੀ ਤੁਸੀਂ ਦੇਖ ਲਓ ਕੁੱਕਰ ਨੂੰ ਤੋਪਾਂ ਨਾਲ ਅੜਾਇਆ ਗਿਆ ਮਲੇਰਕੋਟੜ ਦੇ ਅੱਜ ਵੀ ਇੱਕ ਛੋਟਾ ਬੱਚਾ ਜਿਹਦਾ ਤੋਪ ਦੇ ਮੂੰਹ ਤੱਕ ਸਿਰ ਵੀ ਨਹੀਂ ਸੀ ਆਉਂਦਾ ਉਹ ਕਹਿੰਦਾ ਠਹਿਰੋ ਠਹਿਰੋ ਇੱਟਾਂ ਥੱਲੇ ਰੱਖ ਕੇ ਤੋ ਮਤਲਬ ਉਹ ਉਹੋ ਜਿਹੀਆਂ ਕੁਰਬਾਨੀਆਂ ਦੀ ਮਿਸਾਲ ਨਹੀਂ ਦੁਨੀਆ ਦੇ ਵਿੱਚੋਂ ਮਿਲਦੀ ਠੀਕ ਹੈ ਤਾਂ ਫੇਰ ਤਾਂ ਕੱਲ ਨੂੰ ਗੁਰੂ ਗੋਬਿੰਦ ਸਿੰਘ ਵੀ ਸੋਸ਼ਲ ਮੀਡੀਆ ਤੇ ਵੀ ਗੱਲ ਆ ਰਹੀ ਵੀ ਫਿਰ ਗੁਰੂ ਗੋਬਿੰਦ ਸਿੰਘ ਵੀ ਅਤਵਾਦੀ ਹੋਇਆ ਠੀਕ ਹੈ ਉਹ ਜ਼ੁਲਮ ਦੇ ਖਿਲਾਫ ਉਹ ਦੁਨੀਆਂ ਚ ਕਿਤੇ ਆਧਾਰ ਨਹੀਂ ਮਿਲਦੀ ਤੇ ਫੌਜਾਂ ਦੇ ਜਰਨੈਲ ਜਿਹੜੇ ਆ ਉਹਨਾਂ ਨੇ ਆਪਣੀਆਂ ਛਾਤੀਆਂ ਬੰਬਾਂ ਦੇ ਗੋਲਿਆਂ ਦੇ ਜਾਂ ਗੋਲੀਆਂ ਦੇ ਮੂਰੇ ਡਾਈਆਂ ਹੋਣਗੀਆਂ ਕਿਸੇ ਜਰਨੈਲ ਨੇ ਆਪਣੇ ਪੁੱਤ ਨਹੀਂ ਮੈਦਾਨੇ ਜੰਗ ਦੇ ਵਿੱਚ ਤੋਰੇ ਆਪਣੀ ਮਾਂ ਨਹੀਂ ਤੋਰੀ ਦੋਵੇਂ ਛੋਟੇ ਸਾਹਿਬਜ਼ਾਦੇ ਆਪਣਾ ਸਰਬੰਸ ਨਹੀਂ ਮਾਰਿਆ ਆਪਣਾ ਪਿਓ ਨਹੀਂ ਤੋਰਿਆ ਦੋਵੇਂ ਛੋਟੇ ਸਾਹਿਬਜ਼ਾਦੇ ਜੀ ਇੰਨੀ ਛੋਟੀ ਉਮਰੇ ਬਿਲਕੁਲ ਉਹਨਾਂ ਨੇ ਵੀ ਈਮ ਨਹੀਂ ਮਣੀ ਉਹਨਾਂ ਦੇ ਵਿੱਚ ਭਾਵਨਾ ਤੁਸੀਂ ਦੇਖੋ ਕਿੰਨੀ ਕੁੱਟ-ਕੁੱਟ ਕੇ ਭਰੀ ਹੋਈ ਸੀ ਜ਼ੁਲਮ ਦੇ ਖਿਲਾਫ ਉਹ ਜਿੱਦਾਂ ਉਹਨਾਂ ਨੇ ਉਸ ਉਮਰੇ ਉਹ ਸਾਰਾ ਕੁਝ ਸਮਝਦੇ ਸੀਗੇ ਔਰ ਉਹਨਾਂ ਨੇ ਈ ਇਹ ਨਹੀਂ ਮਣੀ ਕਿਵੇਂ ਮਾਤਾ ਗੁਜਰੀ ਜੀ ਨੇ ਦੋਵਾਂ ਨੂੰ ਤਿਆਰ ਕੀਤਾ ਹੋਣਾ ਹੈ ਬਿਲਕੁਲ ਠੰਡੇ ਬੁੱਢੇ ਵਿੱਚ ਮਾਨਸਿਕ ਤੌਰ ਤੇ ਬਿਲਕੁਲ ਉਸ ਬਲੰਦੀ ਤੱਕ ਪਹੁੰਚਾਉਣ ਲਈ ਮਤਲਬ ਉਹਨਾਂ ਦੀ ਕਿੱਦਾਂ ਬਚਪਨ ਤੋਂ ਹੀ ਸਿੱਖਿਆ ਹੋਈ ਹੋਵੇਗੀ ਸੋ ਇਹ ਕਿੱਦਾਂ ਦੀ ਸੋ ਇਹ ਲੋਕ ਕੱਲ ਨੂੰ ਮਤਲਬ ਇਹ ਕਿੱਥੋਂ ਦੇ ਸਿੱਖਿਆ ਠੀਕ ਹੈ ਆਪਾਂ ਸਾਰੇ ਜਾਣਦੇ ਆ ਪਈ ਉਹਦੀਆਂ ਚਿੱਠੀਆਂ ਦੇ ਉੱਤੇ ਅਮਰੀਕਾ ਕੈਨੇਡਾ ਦੇ ਵਿੱਚ ਲੋਕ ਸਿਮਰਨਜੀਤ ਮਾਨ ਦੀਆਂ ਚਿੱਠੀਆਂ ਔਰ ਪੈਸੇ ਵੀ ਲੈਂਦੇ ਰਹੇ ਆ ਸਾਰੀ ਦੁਨੀਆ ਜਾਣਦੀ ਆ ਨਾ ਪਈ ਪੈਸੇ ਲੈ ਕੇ ਚਿੱਠੀਆਂ ਇਸ਼ੂ ਕਰਦੇ ਆ ਇੱਥੇ ਕੋਈ ਲੁਕਿਆ ਹੋਇਆ ਮਤਲਬ ਕੋਈ ਗੱਲ ਨਹੀਂ ਸਾਰਾ ਜੱਗ ਜਾਣਦਾ ਹੈਗਾ ਪਈ ਚਿੱਠੀ ਇਸ਼ੂ ਕਰਦੇ ਸੀਗੇ ਪੋਲੀਟੀਕਲ ਅਸਾਈਲਮ ਜਿਹੜੇ ਲੋਕ ਲੈਂਦੇ ਸੀ ਨੌਜਵਾਨ ਔਰ ਉਹਨਾਂ ਦੇ ਮੈਂ ਆਪ ਤਲਾਣੀਆਂ ਜਾਂਦਾ ਰਾਂ ਇਸ ਗੱਲ ਦਾ ਗਵਾਹ ਆ ਇੱਕ ਵਕੀਲ ਮੇਰਾ ਦੋਸਤ ਸੀਨੀਅਰ ਐਡਵੋਕੇਟ ਫੌਜਦਾਰੀ ਦਾ ਉਹ ਉਹਦੇ ਭਾਂਜੇ ਲਈ ਸਿਮਰਨਜੀਤ ਸਿੰਘ ਮਾਨਹੋਲੀ ਚਿੱਠੀ ਦਿੰਦੇ ਆ ਸੋ ਉਹ ਪਾਰਟੀ ਫੰਡ ਦੇ ਨਾਂ ਤੇ ਕਿੱਥੇ ਜਾਂਦਾ ਉਹ ਫੰਡ ਇਹ ਲੋਕ ਆਪਣੀ ਅਸ਼ੋਸ਼ਸ਼ਰਤ ਖਰਚ ਕਰਦੇ ਆ ਨਾ ਫੇਰ ਅੱਜ ਤੱਕ ਸਭ ਤੋਂ ਵੱਡਾ ਫਤਵਾ ਦੇ ਕੇ 84 ਤੋਂ ਬਾਅਦ ਇਹਨਾਂ ਨੂੰ ਤਰਨ-ਤਰਨ ਤੋਂ ਲੋਕ ਜਿਤਾਉਂਦੇ ਆ ਉਦੋਂ ਵੀ ਕਿਰਪਾਨ ਦਾ ਰੋਲਾ ਪਾ ਕੇ ਬਹਿ ਗਏ ਹੁਣ ਫੇਰ ਉਹੀ ਗੱਲ ਹੁਣ ਫੇਰ ਉਹੀ ਗੱਲ ਆ ਗਈ ਸੋ ਇਹ ਕਿੱਥੋਂ ਦੇ ਦੇਸ਼ ਭਗਤ ਨੇ ਬਈ ਮੈਂ ਛੋਟੀ ਕਿਰਪਾਨ ਵੀ ਲੈ ਕੇ ਜਾਣੀ ਵੱਡੀ ਕਿਰਪਾਨ ਵੀ ਲੈ ਕੇ ਜਾਣੀ ਹੈ ਪਹਿਲਾਂ ਵੀ ਨਹੀਂ ਗਏ 1999 ਦੇ ਵਿੱਚ ਵੀ ਇਹੀ ਚੱਲਦਾ ਰਿਹਾ ਠੀਕ ਹੈ ਤਾਂ ਆਪਣੀ ਨਿੱਜੀ ਲੀਡਰੀ ਚਮਕਾਰ ਰਹੇ ਇਹ ਲੋਕ ਜਿਹੜੇ ਭਗਤ ਸਿੰਘ ਨੂੰ ਅੱਤਵਾਦੀ ਦੱਸਦੇ ਆ ਤੇ ਇਹ ਕਿੱਥੋਂ ਦੇ ਦੇਸ਼ ਭਗਤ ਆ ਫਿਰ ਸਿਮਰਜੀਤ ਸਿੰਘ ਮਾਨ ਹੋਰੀ ਵੀ ਕਿਹੜੇ ਦੇਸ਼ ਭਗਤ ਨੇ ਬਿਲਕੁਲ ਸਹੀ ਗੱਲ ਹੈ ਠੀਕ ਹੈ ਨਾ ਔਰ ਇੰਟਰਵਿਊ ਦੇ ਵਿੱਚ ਬਿਲਕੁਲ ਨਾਰਮਲੀ ਗੱਲ ਫਿਰ ਇਹਨਾਂ ਚੋਂ ਜਿਹੜਾ ਫਿਊਡਲ ਮਾਈਂਡ ਸੈਟ ਆ ਇਹਨਾਂ ਦਾ ਐਗਜ਼ੈਕਟ ਜਗੀਰੂ ਬਿਰਤੀ ਜਿਹੜੀ ਆ ਜਿਹੜਾ ਇਹਨਾਂ ਦਾ ਉਹ ਉਹ ਫਿਊਡਲ ਮਾਈਂਡਸੈਟ ਬੋਲਦਾ ਹੈਗਾ ਵੀ ਹਾਲੇ ਵੀ ਇਹਨਾਂ ਦੇ ਵਿੱਚ ਉਹ ਸਰਦਾਰੀ ਬੋਲਦੀ ਆ ਆਮ ਬੰਦਿਆਂ ਨੂੰ ਤਾਂ ਇਹ ਕੀੜੇ ਮਕੌੜੇ ਸਮਝਦੇ ਆ ਇਹ ਲੋਕ ਬਿਲਕੁਲ ਔਰ ਜਿਹੜੇ ਦੇਸ਼ ਭਗਤਾ ਟੋਢੀ ਬੱਚੇ ਤੇ ਆਪ ਨੇ ਜਿਹੜੇ ਐਡਵਾਈਜ਼ਰ ਵਰਗਿਆਂ ਨੂੰ ਰੂਟਸ ਹੁਣੀ ਦਿੰਦੇ ਨੇ ਆਹ ਜਿਹੜੇ ਸਰੂਪੇ ਸਰੂਪੇ ਦਿੰਦੇ ਨੇ ਠੀਕ ਹੈ ਜਿਹੜੇ ਸਾਡੇ ਕਾਤਲ ਆ ਇਹ ਉਹਨਾਂ ਨੂੰ ਸਰੂਪੇ ਦੇ ਰਹੇ ਆ ਔਰ ਇੱਕ ਇਹ ਵੀ ਸੱਤੀਜੀ ਨਿਊਜ਼ ਹੈਗੀ ਆ ਕਿ ਆਪਣੇ ਕੋਈ ਸਿਆਸੀ ਆਗੂ ਨੇ ਜਿਨ੍ਹਾਂ ਦੇ ਘਰ ਐਡਵਾਈਜ਼ਰ ਨੇ ਰੋਟੀ ਖਾਧੀ ਸੀ ਉਸ ਤੋਂ ਬਾਅਦ ਬਾਕੀ ਤੁਸੀਂ ਹਾਂ ਬਿਲਕੁਲ ਸਾਰਾ ਜੱਗ ਜਾਣਦਾ ਮਚਿੱਠਿਆ ਪਰਿਵਾਰ ਗੋਲਡਿੰਗ ਚਲਾਉਣ ਤੋਂ ਬਾਅਦ ਉਹ ਉਹ ਆਪਣੇ ਡਿਨਰ ਦਿੰਦੇ ਆ ਡਿਨਰ ਦਿੰਦੇ ਅੱਜ ਉਹ ਦੇਸ਼ ਭਗਤ ਆ ਮੰਤਰੀ ਵੀ ਬਣਦੇ ਆ ਉਹਨਾਂ ਦੇ ਮਤਲਬ ਸੂਬੇ ਦੇ ਮੁੱਖ ਮੰਤਰੀ ਬਣਦੇ ਆ ਸੋਹਰਾ ਸਾਹਿਬ ਪੰਜ ਵਾਰੀ ਹੈਨਾ ਸੋ ਇਹ ਲੋਕ ਮੈਨੂੰ ਮੈਨੂੰ ਲੋਕਾਂ ਤੇ ਵੀ ਇਤਰਾਜ਼ ਆ ਵੋਟਰਾਂ ਤੇ ਵੀ ਕਿੱਦਾਂ ਇਹਨਾਂ ਨੂੰ ਜਿਤਾ ਦਿੰਦੇ ਆ ਐਕਸੈਪਟ ਕਿਵੇਂ ਕਰਦੇ ਹੋ ਔਰ ਸਾਰਾ ਸਾਰੀ ਦੁਨੀਆ ਜਿਹੜੀ ਆ ਅੱਜ ਕੱਲ੍ਹ ਸੁਖ ਨਾਲ ਉਹ ਪਰਿਵਾਰ ਦਾ ਜਿਹੜਾ ਅੱਜ ਦਾ ਮੁਖੀ ਆ ਮਜੀਠੀਆ ਸਾਹਿਬ ਜੇਲ੍ਹ ਚ ਬੈਠੇ ਆ ਹਨ ਤੇ ਸਾਰੇ ਰੌਲਾ ਪੈਂਦਾ ਵੀ ਪੰਜਾਬ ਚ ਚਿੱਟਾ ਲਿਆਉਣ ਵਾਲੇ ਲੋਕ ਇਹ ਆ ਪਰ ਕੋਈ ਮੂੰਹ ਨਹੀਂ ਖੋਲਦਾ ਡਰਦੇ ਆ ਹਨ ਫੇ ਅਗਲੇ ਦਿਨ ਜਿਹੜੀ ਕਾਰ ਆ ਟਰੱਕ ਹੇਠਾਈ ਹੁੰਦੀ ਆ ਬੰਦੇ ਦੀ ਸਬੂਤ ਵੀ ਨਹੀਂ ਕੋਈ ਹੁੰਦਾ ਕਿ ਕੌਣ ਕਿਧਰੋਂ ਆਣ ਕੇ ਹਿੱਟ ਕਰ ਗਿਆ ਸਹੀ ਸੋ ਇਸ ਕਰਕੇ ਬਾਕੀ ਮੂੰਹ ਮੁਲਾਜ਼ੇਦਾਰੀਆਂ ਅਹੁਦੇਦਾਰੀਆਂ ਲੈਣੀਆਂ ਵਜ਼ੀਰੀਆਂ ਲੈਣੀਆਂ ਹਨਾ ਹਕੂਮਤ ਕਰਨੀ ਠੀਕ ਆ ਆਪਣੇ ਕਨਵੇ ਪਾਲਣੇ ਇਸ ਕਰਕੇ ਕੋਈ ਇਹਨਾਂ ਲੋਕਾਂ ਦੇ ਖਿਲਾਫ ਜ਼ੁਬਾਨ ਨਹੀਂ ਖੋਲਦਾ ਹੈਗਾ ਸੋ ਇਹ ਬਿਲਕੁਲ ਹੀ ਬਿਲਕੁਲ ਹੀ ਮਤਲਬ ਸਵੀਕਾਰ ਨਾ ਕੀਤੀ ਜਾਣ ਵਾਲੀ ਗੱਲ ਕਿ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਤੁਸੀਂ ਤਾਂ ਤੁਸੀਂ ਉਹਨਾਂ ਨੂੰ ਅਤਵਾਦੀ ਦੱਸੋ ਸਟੇਟਮੈਂਟ ਜਾਰੀ ਕਰਦੇ ਹੋ ਤਾਂ ਤੁਹਾਡੇ ਕੋਲ ਦੇਣਾ ਦੇਸ਼ ਭਗਤੀ ਦਾ ਸਰਟੀਫਿਕੇਟ ਕਿੱਥੋਂ ਲਿਆ ਇਹਨਾਂ ਨੇ ਉਹ ਦਿਖਾਓ ਤੁਸੀਂ ਤਾਂ ਟੋਡੀ ਬੱਚੇ ਹੋ ਅੰਗਰੇਜ਼ਾਂ ਦੇ ਪਿੱਠੂ ਲੋਕ ਆ ਇਹ ਬਿਲਕੁਲ ਸਹੀ ਗੱਲ ਆ ਔਰ ਇੱਕ ਆਈ ਆਪੀਐਸ ਰਿਟਾਇਰਡ ਬੰਦਾ ਜਿਹਨੇ ਡਿਜ਼ਾਈਨ ਕੀਤਾ ਹੋਵੇ ਔਰ ਇਸ ਕੈਡਰ ਦਾ ਬੰਦਾ ਹੋਵੇ ਉਹ ਉਹਦੀ ਤਾਂ ਜਿਹੜੀ ਜੇ ਮੈਂ ਸਮਝਦਾ ਵੀ ਇੱਕ ਤਰ੍ਹਾਂ ਚਲੋ ਆਈਪੀਐਸ ਦਾ ਅਹੁਦਾ ਛੱਡਣਾ ਉਸ ਵੇਲੇ ਉੱਚੇ ਅਹੁਦੇ ਤੇ ਸੀਗੇ ਪਰ ਉਹ ਜਿਹੜੀ ਇਹਨਾਂ ਦੀ ਕੁਰਬਾਨੀ ਆ ਨਾ ਮੈਂ ਉਸ ਕੁਰਬਾਨੀ ਨੂੰ ਰੈਲਿਸ਼ ਕਰਦਾ ਪਰ ਉਹ ਵੀ ਇਹਨਾਂ ਨੇ ਆਪਣੇ ਖੂ ਖਾਤੇ ਚ ਪਾ ਲਈਆ ਉਹ ਕੁਰਬਾਨੀ ਬਿਲਕੁਲ ਸਹੀ ਗੱਲ ਆ ਠੀਕ ਆ ਨਾ ਔਰ ਇਹ ਡਿਗਾਰਡ ਗਵਾ ਬੈਠੇ ਨੇ ਇਸ ਮਾਮਲੇ ਦੇ ਵਿੱਚ ਔਰ ਇਹ ਸਾਰੀਆਂ ਗੱਲਾਂ ਔਰ ਚੋਹਾਂ ਪਾਸਿਆਂ ਤੋਂ ਪੂਰੀ ਦੁਨੀਆ ਤੋਂ ਇਸ ਵੇਲੇ ਵਿਰੋਧ ਹੋ ਰਿਹਾ ਬਿਲਕੁਲ ਹੋ ਰਿਹਾ ਤੁਸੀਂ ਅਖਬਾਰਾਂ ਦੇਖੋ ਤੁਸੀਂ ਸੋਸ਼ਲ ਮੀਡੀਆ ਦੇਖੋ ਤੁਸੀਂ ਖਬਰਾਂ ਦੇਖੋ ਸੁਣੋ ਮਤਲਬ ਕਿਦਾਂ ਇਹਨਾਂ ਦੀ ਲਾਪਾਹ ਹੋ ਰਹੀ ਹੈ ਇਹਨਾਂ ਟੱਬਰਾਂ ਦੀ ਔਰ ਭਗਤ ਸਿੰਘ ਇੱਕ ਐਸੀ ਪਰਸਨੈਲਿਟੀ ਹੈ ਜੀ ਭਾਰਤ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਲੋਕ ਉਹਨਾਂ ਨੂੰ ਜਾਣਦੇ ਨੇ ਭਾਰਤ ਤੋਂ ਬਾਹਰ ਲੋਕ ਉਹਨਾਂ ਨੂੰ ਜਾਣਦੇ ਨੇ ਜੋ ਨਾਨ ਇੰਡੀਅਨਸ ਨੇ ਉਹ ਵੀ ਜਾਣਦੇ ਲੋ ਔਰ ਉਹ ਤਾਂ 30 ਸਾਲਾਂ ਦੀ ਉਮਰ ਦੇ ਵਿੱਚ ਇਸ ਮਕਾਮ ਤੇ ਪਹੁੰਚ ਚੁੱਕਾ ਸੀਗਾ ਉਹ ਬੰਦਾ ਔਰ ਦੁਨੀਆ ਭਰ ਦਾ ਸਾਹਿਤ ਪੜ ਚੁੱਕਾ ਸੀਗਾ ਜਦੋਂ ਆਖਰੀ ਸੱਦਾ ਆਉਂਦਾ ਸਵੇਰ ਨੂੰ ਫਾਂਸੀ ਲੱਗਣੀ ਆ ਉਦੋਂ ਵੀ ਉਹ ਕਿਤਾਬ ਪੜ ਰਹੀ ਸੀ ਲੈਨਨ ਦੀ ਜੀਵਨੀ ਤਾਂ ਕਹਿੰਦੇ ਠੀਕ ਆ ਬਈ ਆ ਗਿਆ ਸੱਦਾ ਵਰਕਾ ਮੋੜਦੇ ਆ ਉਹ ਉਦੋਂ ਹੀ ਮੁੜਿਆ ਵਰਕਾ ਆਪਣੇ ਕੋਲ ਕਿਤਾਬ ਅੱਜ ਵੀ ਮੌਜੂਦ ਆ ਹਨ ਤੇ ਉਥੋਂ ਅੱਗੇ ਕਹਾਣੀ ਅਸੀਂ ਸ਼ੁਰੂ ਕਰਨੀ ਆ ਜੀ ਜੋ ਅੱਗੇ ਅਸੀਂ ਵਾਰਿਸ ਹਾਂ ਇਹਨਾਂ ਦੇਸ਼ ਪਕਟਾਂ ਦੇ ਔਰ ਇਹ ਬਹੁਤ ਵੱਡੀ ਗੱਲ ਜੋ ਮੈਂ ਅੱਜ ਦੁਹਰਾਉਣਾ ਚਾਹੁੰਦਾ ਕਿ ਪਗਲ ਸਿੰਘ ਨੇ ਕਿਹਾ ਸੀਗਾ ਕਿ ਹਾਲਾਤ ਇਹ ਹੋਣਗੇ ਕਿ ਗੋਰਾ ਅੰਗਰੇਜ਼ ਚਲਾ ਜਾਊ ਕਾਲਾ ਅੰਗਰੇਜ਼ ਆ ਜਾਊ ਕਾਲੇ ਕਰ ਰਹੇ ਰਾਜ ਬਾਕੀ ਕਾਲਾ ਅੰਗਰੇਜ਼ ਆ ਚੁੱਕਾ ਬਿਲਕੁਲ ਸੋ ਹੁਣ ਕਿਰਪਾਨ ਦਾ ਮਸਲਾ ਸੋਲਵ ਹੋ ਜਾਏ ਤਾਂ ਵਧੀਆ ਜਿਵੇਂ ਪਹਿਲੀ ਗੱਲ ਛੇੜੀ ਸੀ ਤਾਂ ਪੋਸੀਬਲ ਹੈ ਕਿ ਇਸ ਉਮਰੇ ਅੰਦਰ ਪਾਰਲੀਮੈਂਟ ਦੇ ਜਾਣ ਤੇ ਉੱਥੇ ਜਾ ਕੇ ਪੰਜਾਬ ਦੇ ਮੁੱਦੇ ਰੱਖਣ ਜਿਨ੍ਹਾਂ ਕਰਕੇ ਉਹਨਾਂ ਨੂੰ ਚੁਣਿਆ ਜੀ ਜੇ ਇਹ ਮਸਲਾ ਲੈ ਕੇ ਫੇਰ ਬਹਿ ਗਏ ਤੇ ਫਿਰ ਵੋਟਰਸ ਦੀਦਾ ਇਹ ਚੰਗੀ ਔਰ ਤਗੜੀ ਬੇਇਜ਼ਤੀ ਹੈ ਕਿ ਅਸੀਂ ਤੁਹਾਨੂੰ ਚੁਣਿਆ ਤੇ ਤੁਸੀਂ ਇਹ ਫਿਰ ਉਹੀ ਮਸਲਾ ਲੈ ਕੇ ਬਹਿ ਗਏ ਉਹ ਇੱਕ ਬੰਨੇ ਕਹਿੰਦੇ ਆ ਭਈ ਜਿਹੜੀ ਹਾਕਮ ਤੇ ਰਿਆ ਉਹਨਾਂ ਨੂੰ ਫਰਾਉਂਦੇ ਆ ਠੀਕ ਹੈ ਹਾਂਜੀ ਬੱਲੇ ਬੱਲੇ ਲੋਕਾਂ ਚ ਹੋਈ ਆ ਦੂਜੇ ਬੰਨੇ ਤੁਸੀਂ ਜਿੱਤਦਿਆਂ ਸਾਰੇ ਭਗਤ ਸਿੰਘ ਨੂੰ ਅਤਵਾਦੀ ਦੱਸ ਰਹੇ ਹੋ ਠੀਕ ਹੈ ਸੋ ਇਹ ਕਿੱਥੋਂ ਦੀ ਸਿਆਣਪ ਆ ਉਹਨਾਂ ਦੀ ਬਿਲਕੁਲ ਇਹ ਸਿਆਣਾ ਸਵੀਕਾਰ ਨਹੀਂ ਕੀਤੀ ਜਾਏਗੀ ਸੋ ਅਗਲੀ ਗੱਲ ਉਹ ਵੀ ਸਵੀਕਾਰ ਨਹੀਂ ਹੋ ਸਕਦੀ ਕਿਉਂਕਿ 26000 ਨੌਕਰੀਆਂ ਦਾ ਵਾਦਾ ਪੰਜਾਬ ਸਰਕਾਰ ਨੇ ਕੀਤਾ 15000 ਦੀ ਤਾਂ ਪ੍ਰਕਿਰਿਆ ਹੀ ਸ਼ੁਰੂ ਨਹੀਂ ਹੋਈ ਔਰ ਬਾਕੀ ਵੀ ਹਜੇ ਕਟਾਈ ਚ ਮਾਮਲਾ ਹੈ ਕੁਝ ਨਹੀਂ ਪਤਾ ਨੌਕਰੀਆਂ ਦਾ ਕੀ ਬਣਨਾ ਕੱਚਿਆਂ ਨੂੰ ਪੱਕੇ ਕਰਨਾ ਤੇ ਕਿਵੇਂ ਕਰਨਾ ਕਦੋਂ ਕਰਨਾ ਦੇਖੋ ਰੋਜ਼ ਅਖਬਾਰਾਂ ਪੜ੍ਹਦੇ ਆ ਜੀ ਭਈ ਜੀ ਕਿਨੂੰ ਜਿਹੜਾ ਇਹ ਨਾ ਕਾਨੂੰਨੀ ਦਾਪ ਪੇਚਾਂ ਚ ਉਲਝ ਕੇ ਰਹਿ ਗਿਆ ਸਾਰਾ ਕੁਝ ਭਈ ਜੀ ਕਾਨੂੰਨੀ ਅੜਚਣਾਂ ਆ ਗਈਆਂ ਕਾਨੂੰਨੀ ਅੜਕੇ ਆ ਗਏ ਆ ਸੋ ਉਹਨਾਂ ਕਾਨੂੰਨੀ ਅੜਕਿਆਂ ਦਾ ਸਰਕਾਰਾਂ ਨੂੰ ਪਹਿਲਾਂ ਨਹੀਂ ਪਤਾ ਹੁੰਦਾ ਸਰਕਾਰਾਂ ਚੋਂ ਸਾਰਾ ਕੁਝ ਮਤਲਬ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕਰਦੀਆਂ ਉਹਨੂੰ ਪਾਸ ਕਰਦੀਆਂ ਤੇ ਅਸੀਂ ਜੋ ਵੀ ਆ ਅ ਅਦਾਲਤਾਂ ਇੱਕ ਪਾਸੇ ਰਹਿ ਜਾਂਦੀਆਂ ਵਿਧਾਨ ਸਭਾ ਦਾ ਫੈਸਲਾ ਇੱਕ ਬੰਨੇ ਰਹਿ ਜਾਂਦਾ ਉਹਨੂੰ ਲਾਗੂ ਕਰਨ ਨੌکریاں ਸਰਕਾਰ ਨੇ ਦੇਣੀਆਂ ਅਦਾਲਤਾਂ ਨੇ ਨਹੀਂ ਦੇਣੀਆਂ ਠੀਕ ਹੈ ਗੱਲ ਇਹ ਹੈ ਨਾ ਕਿ ਸਗੋਂ ਸਰਕਾਰਾਂ ਉਹਨੂੰ ਲਟਕਾਉਂਦੀਆਂ ਅਦਾਲਤਾਂ ਦੇ ਵਿੱਚ ਪ੍ਰੋਸੈਸ ਦੇ ਵਿੱਚ ਮਤਲਬ ਕਾਗਜ਼ੀ ਕਾਰਵਾਈਆਂ ਇੰਨੀਆਂ ਲੈਂਥੀ ਨੇ ਬਿਲਕੁਲ ਬਿਲਕੁਲ ਦੂਸਰਾ ਜਦੋਂ ਅਕਾਲੀਆਂ ਵੇਲੇ ਜਾਂ ਜਦੋਂ ਕਾਂਗਰਸੀਆਂ ਵੇਲੇ ਧਰਨੇ ਦਿੰਦੇ ਸੀ ਬੇਰਜ਼ਗਾਰ ਮੁਜ਼ਾਰੇ ਕਰਦੇ ਸੀਗੇ ਮਰਨਵਰਤ ਰੱਖਦੇ ਸੀ ਟੈਂਕੀਆਂ ਤੇ ਚੜਦੇ ਸੀ ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਹਰੀ ਕਹਿੰਦੇ ਹੁੰਦੇ ਸੀ ਵੀ ਮੇਰੇ ਰਾਜ ਦੇ ਵਿੱਚ ਧਰਨੇ ਮੁਜ਼ਾਰੇ ਜਿਹੜੇ ਆ ਉਹ ਨਹੀਂ ਹੋਣਗੇ ਮੈਂ ਨੌਬਤੇ ਨਹੀਂ ਆਉਣ ਦੇਣੀ ਹਨਾ ਸੋ ਕੇਜਰੀਵਾਲ ਸਾਹਿਬ ਵੀ ਆਣ ਕੇ ਡਰਾਮੇ ਕਰਦੇ ਹੁੰਦੇ ਸੀ ਮਰਨਵਰਤ ਖਲਵਾਉਣ ਦਾ ਅਰਵਿੰਦ ਕੇਜਰੀਵਾਲ ਹੋਰੇ ਬਿਲਕੁਲ ਦੇਖਿਆ ਹੋਣਾ ਵੀ ਫੋਟੋ ਇੱਕ ਵਾਰੀ ਸ਼ਾਇਆ ਹੋਈਆਂ ਸੀ ਜੂਸ ਪੁਲਾ ਰਹੇ ਆ ਮਰਨਵਰਤ ਤਾਲੀਆਂ ਨੂੰ ਹਨਾ ਸੋ ਅੱਜ ਉਹੀ ਕੰਮ ਹੋ ਰਿਹਾ ਚੌਥੀ ਵਾਰੀ ਲਾਠੀ ਚਾਰਜ ਬੇਰਜ਼ਗਾਰਾਂ ਤੇ ਕਰ ਚੁੱਕੀ ਆ ਭਗਵਾਨਤਮਾਨ ਦੀ ਜਿਹੜੀ ਸਰਕਾਰ ਠੀਕ ਹੈ ਸੋ ਜਿਹੜਾ ਮਤਲਬ ਅੱਜ ਵੀ ਉਹੀ ਹਾਲ ਆ ਔਰ ਅੱਜ ਦੀ ਤਾਜ਼ਾ ਘਟਨਾ ਤੁਸੀਂ ਦੇਖੋ ਵੀ ਰਹਾਇਸ਼ ਦੇ ਬਾਹਰ ਇੱਕ ਨੌਜਵਾਨ ਜਿਹੜਾ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਿਹਾ ਇੱਕ ਫਹਾ ਲੈ ਕੇ ਫਹਾ ਲੈ ਕੇ ਮਰਨ ਦੀ ਕੋਸ਼ਿਸ਼ ਕਰ ਰਿਹਾ ਉਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਜੇ ਤੁਸੀਂ ਨੌਜਵਾਨੀ ਨੂੰ ਨਹੀਂ ਗੜਨਾ ਲਾਉਂਗੇ ਤਾਂ ਅੱਜ ਸਭ ਤੋਂ ਵੱਧ ਜਿਹੜੀ ਦਾਰਿਆ ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ਾਂ ਵੱਲ ਜਾਣ ਦੀ ਆ ਪੂਰੀ ਦੁਨੀਆ ਚੋਂ ਦੇਖੋ ਸਾਰਾ ਪੂਰੀ ਦੁਨੀਆ ਚੋਂ ਜੇ ਇਮੀਗ੍ਰੇਸ਼ਨ ਹੋ ਰਹੀ ਆ ਨਾ ਪੰਜਾਬ ਚੋਂ ਹੋ ਰਹੀ ਆ ਪੰਜਾਬ ਚੋਂ ਹੋ ਰਹੀ ਆ ਸਭ ਤੋਂ ਕਿੰਨਾ ਪੈਸਾ ਬਾਹਰ ਜਾ ਰਿਹਾ ਔਰ ਉਹ ਸਾਰਾ ਬ੍ਰੇਨ ਡ੍ਰੀਨ ਵੀ ਹੋ ਰਹੀ ਆ ਪੈਸੇ ਵੀ ਜਾ ਰਹੇ ਆ ਔਰ ਇਹ ਪੰਜਾਬ ਪੁਲਿਸ ਦੀ ਭਰਤੀ ਇੱਥੇ ਕੋ ਰਹਿਣਾ ਨਹੀਂ ਚਾਹੁੰਦਾ ਆਪਾਂ ਮੁਕਸਰ ਵਾਲੇ ਵਰਗੇ ਪ੍ਰੋਫੈਸਰ ਉੱਥੋਂ ਦੇ ਮੁਕਸਰ ਦੇ ਗਵਰਨਰ ਕਾਲੇ ਦੇ ਪ੍ਰੋਫੈਸਰ ਸੀਗੇ ਰੋਂਦੇ ਦੇਖਿਆ ਨਾ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਮੇਰੀ ਸੈਂਕੜੇ ਏਕੜ ਪੈੜੀ ਆ ਮੈਂ ਕਾਲਜ ਦਾ ਪ੍ਰੋਫੈਸਰ ਰਿਟਾਇਰ ਹੋਇਆ ਤਾਂ ਮੇਰਾ ਪੁੱਤ ਇੱਥੇ ਨਹੀਂ ਰਹਿਣਾ ਚਾਹੁੰਦਾ ਦੇਖੋ ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਨੇ ਹਰगोਬਿੰਦ ਖੁਰਾਨਾ ਜੀ ਨੋਬਲ ਪ੍ਰਾਈਜ਼ ਨੋਬਲ ਉਹਨਾਂ ਨੂੰ ਆਪਣੇ ਮੁਤਾਬਿਕ ਭਾਰਤ ਦੇ ਚ ਕੰਮ ਨਹੀਂ ਮਿਲਿਆ ਅਮਰੀਕਾ ਦੀ ਧਰਤੀ ਤੇ ਰਹ ਰਹੇ ਨੇ ਜੀ ਜੀ ਦੇਖੋ ਕਦਰ ਹੈ ਉੱਥੇ ਕਦਰ ਉੱਥੇ ਚਲੇ ਗਏ ਕਦਰ ਹੈ ਉਹ ਸੰਭਾਵਨਾਵਾਂ ਦੀ ਧਰਤੀ ਆ ਉੱਥੇ ਤੁਹਾਡੀ ਜਿਹੜੀ ਮੈਰਿਟ ਹੈ ਜਿਹੜੀ ਤੁਹਾਡੀ ਬੇਦਬਤਾਂ ਉਹਨੂੰ ਅੱਖੋਂ ਪਰੋਖੇ ਕਰਕੇ ਤੁਹਾਡੀ ਮੈਰਿਟ ਨੂੰ ਅੱਖੋਂ ਪਰੋਖੇ ਕਰਕੇ ਭਾਈਆਂ ਭਤੀਜਿਆਂ ਨੂੰ ਨੌਕਰੀਆਂ ਨਹੀਂ ਦਿੰਦੀਆਂ ਅਣਜਾਣੀਆਂ ਮੈਂ ਉਹੀ ਗੱਲ ਕਰ ਰਿਹਾ ਕਿ ਆ ਹੁਣ ਪੰਜਾਬ ਪੁਲਿਸ ਦਾ ਕੇਸ ਹੈ ਜਿਹੜਾ ਇਹ ਦੋਵੇਂ ਨੌਜਵਾਨ ਨੇ 2016 ਦੀ ਵੇਟਿੰਗ ਜੀ ਔਰ 2017 ਦੀ ਵੈਰੀਫਿਕੇਸ਼ਨ ਕਲੀਅਰ ਜੀ 2016 ਦੀ ਵੇਟਿੰਗ 6 ਸਾਲ ਹੋ ਗਏ ਬਿਲਕੁਲ ਬਿਲਕੁਲ ਅ ਤਰ ਕੋਈ ਨਿਯੁਕਤੀ ਪੱਤਰ ਨਹੀਂ ਤੁਸੀਂ ਦੇਖੋ ਕਾਲਜਾਂ ਦਾ ਦੇਖ ਲਓ 1992 ਤੋਂ ਬਾਅਦ ਕਾਲਜਾਂ ਦੇ ਵਿੱਚ ਕੋਈ ਭਰਤੀ ਨਹੀਂ ਹੋਈ ਸਰਕਾਰੀ ਕਾਲਜਾਂ ਦੇ ਵਿੱਚ ਮੈਂ ਸੱਤੀ ਜੀ ਕਿਸੇ ਨਾਲ ਗੱਲ ਕਰਦਾ ਪਿਆ ਜਿਹੜਾ ਤੁਸੀਂ ਇਹ ਕਹੇ ਨਾ ਕਿ ਬਹੁਤ ਮਾਈਗਰੇਟ ਕਰ ਰਹੇ ਨੇ ਐ ਤੋਂ ਯੂਥ ਕਿੰਨਾ ਪੈਸਾ ਬਾਹਰ ਜਾ ਰਿਹਾ ਮੈਂ ਕਿਹਾ ਯਾਰ ਇੰਨਾ ਪੈਸਾ ਖਰਚ ਕਰਕੇ ਬਾਹਰ ਜਾਂਦੇ ਹੋ ਸਟੱਡੀ ਵੀਜ਼ਾ ਹੋਰ ਮਹਿੰਗਾ ਹੋ ਰਿਹਾ ਕਿਉਂਕਿ ਰੁਪਏ ਹੋਰ ਜ਼ਿਆਦਾ ਟੁੱਟਦਾ ਪਿਆ ਡਾਲਰ ਦੇ ਮੁਕਾਬਲੇ 80 ਤੇ ਪਹੁੰਚ ਗਿਆ 80 ਰੁਪਏ ਬਰਾਬਰ ਇੱਕ ਡਾਲਰ ਉਹ ਅੱਜ 5-7 ਪੈਸੇ ਥੋੜਾ ਮ ਮਤਲਬ ਉਹਨੂੰ ਬੜਾ ਅਛਾਲ ਕੇ ਪੇਸ਼ ਕੀਤਾ ਜਾ ਰਿਹਾ ਆ ਪਈ ਮਜ਼ਬੂਤ ਹੋਇਆ ਅਸੀਂ ਆ ਨੂੰ ਟੱਪ ਗਿਆ ਮਤਲਬ ਜਿਹੜੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ 80 ਰੁਪਏ ਤੋਂ ਵੱਧ ਮਿਲਦੇ ਆ 1 ਡਾਲਰ ਦੇ ਬਿਲਕੁਲ ਸਹੀ ਗੱਲ ਆ ਸੋ ਗੱਲ ਇਹ ਆ ਕਿ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਇੰਨਾ ਪੈਸਾ ਖਰਚ ਕਰਕੇ ਸਟੱਡੀ ਵੀਜ਼ਾ ਬਾਹਰ ਜਾ ਕੇ ਤੁਸੀਂ ਅਮਰੀਕਾ ਕਿਸੇ ਹੋਰ ਦੇਸ਼ ਤੁਸੀਂ ਜਾਣ ਦੀ ਕੋਸ਼ਿਸ਼ ਕਰਦੇ ਹੋ ਇੰਨਾ ਪੈਸਾ ਖਰਚ ਕਰਕੇ ਇੱਥੇ ਕੋਈ ਕੰਮ ਹੀ ਖੋਲੋ ਕਹਿੰਦੇ ਸਰ ਜੀ ਕੰਮ ਵੀ ਖੋਲ ਲਈਏ ਉਹਦੀ ਕਿਹੜਾ ਗਾਰੰਟੀ ਆ ਕੱਲੋਂ ਗਵਰਨਮੈਂਟ ਵੱਲੋਂ ਵੀ ਸਾਨੂੰ ਕਿੰਨੇ ਕੁ ਫੈਸਿਲਿਟੀ ਮਿਲਦੀ ਹੈ ਕਿੰਨੇ ਕੁ ਨਹੀਂ ਮਿਲਦੀ ਉਹ ਵੀ ਗੱਲ ਵਿੱਚ ਆਏਗੀ ਬਿਜ਼ਨਸ ਦੇ ਤੇ ਨਾਲ ਜਿਹੜਾ ਮਾਫੀਆ ਬੈਠਾ ਉਹ ਫਰੋਤੀਆਂ ਮੰਗਦਾ ਫਰੋਤੀਆਂ ਮੰਗਦਾ ਉੱਤੋਂ ਕੌਣ ਬਚਾਊਗਾ ਸੰਨ ਮੈਂ ਹੁਣ ਕੋਈ ਜਵਾਬ ਨਹੀਂ ਦੇ ਸਕਿਆ ਉਹ ਅੱਗੇ ਠੀਕ ਕਹਿੰਦਾ ਪਿਆ ਜੀ ਕਿਉਂਕਿ ਕੇਸਿਸ ਵੀ ਸਾਹਮਣੇ ਆਉਂਦੇ ਪਏ ਨੇ ਫਰੋਤੀਆਂ ਵਾਸਤੇ ਫੋਨ ਆ ਜਾਂਦੇ ਨੇ ਜੀ 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 ਸੋ ਇੱਕ ਕਿਦਾਂ ਦੇ ਵਾਤਾਵਰਣ ਦੇ ਵਿੱਚ ਅਸੀਂ ਰਹਿੰਦੇ ਪਏ ਆਂ ਔਰ ਗੱਲਾਂ ਅਸੀਂ ਕੀ ਕਰਦੇ ਪਏ ਆਂ ਕੰਮ ਅਸੀਂ ਕੀ ਕਰਦੇ ਪਏ ਆਂ ਨਤੀਜੇ ਕੀ ਸਾਹਮਣੇ ਆਉਂਦੇ ਪਏ ਨੇ ਮਤਲਬ ਆ ਵਈ ਉੱਤੇ ਆਪੇ ਜਿਹਨ ਫਰੋਤੀਆਂ ਦੀ ਤੁਸੀਂ ਗੱਲ ਕਰਦੇ ਆ ਸੰਜੀਵ ਜੀ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜੀ ਉਹਦੇ ਚ ਜਿਹੜਾ 골ਡੀ ਬਰਾਡ ਹੈ ਹਾਲਾਂਕਿ ਨਾਲ ਦੀ ਨਾਲ ਚੈਨਲ ਜਿਹੜੇ ਆ ਉਹ ਇਹ ਦਾਅਵਾ ਵੀ ਕਰ ਰਹੇ ਆ ਵੀ ਅਸੀਂ ਇਹਦੀ ਤਸਦੀਕ ਨਹੀਂ ਕਰਦੇ ਤਸਦੀਕ ਨਹੀਂ ਕਰਦੇ ਪਰ ਉਹ ਕਹਿੰਦੇ ਵੀ ਅਸੀਂ ਰੰਗਦਾਰੀ ਲਈ ਉਹ ਜਿਹੜਾ 골ਡੀ ਬਰਾਡ ਬੋਲ ਰਿਹਾ ਉਹ ਕਹਿੰਦਾ ਅਸੀਂ ਰੰਗਦਾਰੀ ਲਈ ਭਾਵ ਜਿਹੜੀ ਫਰੋਤੀ ਮੰਗਦੇ ਆ ਗਰੀਬਾਂ ਨੂੰ ਤੰਗ ਨਹੀਂ ਕਰਦੇ ਤੇ ਅਸੀਂ ਅਮੀਰਾਂ ਤੋਂ ਲੈਨੇ ਆ ਜਿਹੜੇ ਗਰੀਬਾਂ ਦਾ ਜਲਮ ਕਰਕੇ ਖੂਨ ਚੂਸਦੇ ਆ ਤੇ ਅਸੀਂ ਅ ਅਮੀਰਾਂ ਤੋਂ ਫਰौती ਮੰਗਦੇ ਹਾਂ ਰੋਬਿਨ ਹੁੱਡ ਨੇ ਰੋਬਿਨ ਹੁੱਡ ਹੈ ਦੂਜਾ ਕਹਿੰਦਾ ਭਈ ਇਹਨੂੰ ਅਸੀਂ ਪੈਸੇ ਵਾਲੇ ਨਹੀਂ ਮਾਰਿਆ ਹਾਲਾਂਕਿ ਇਹਨੇ ਕਹਿੰਦਾ ਇੱਕ ਵਿਚ ਪਾ ਕੇ ਬੰਦਾ ਜਿਹੜਾ ਆ ਉਹਨੂੰ ਮਤਲਬ ਸਾਨੂੰ ਕਰੋੜ ਰੁਪਈਆ ਜਾਂ ਪਤਾ ਨਹੀਂ ਕਿੰਨਾ ਦੇਣਾ ਮੰਨ ਗਿਆ ਸੀਗਾ ਤੇ ਪਰ ਕਹਿੰਦਾ ਇਹ ਸਾਡੇ ਬੰਦਿਆਂ ਨੂੰ ਧਮਕਾਉਂਦਾ ਸੀ ਤੇ ਸਾਡੇ ਜਿਹੜੇ ਕਾਤਲ ਆ ਸਾਡੇ ਬੰਦਿਆਂ ਦੇ ਮਿੱਡੂ ਖੇੜਾ ਵਰਗਿਆਂ ਦੇ ਜਾਂ ਇੱਕ ਉਹ ਗੁਰਲਾਲ ਬਰਾੜ ਵਰਗਿਆਂ ਦੇ ਉਹ ਇਹਦੀਆਂ ਗੱਡੀਆਂ ਚ ਘੁੰਮਦੇ ਸੀ ਇਸ ਕਰਕੇ ਅਸੀਂ ਮੂਸੇਵਾਲਾ ਨੂੰ ਮਾਰਿਆ ਦੂਸਰਾ ਨਾਲ ਉਹ ਇਹ ਵੀ ਕਹਿੰਦਾ ਪੇ ਜਿੰਦੇ ਜੀ ਤਾਂ ਉਹਨੂੰ ਤੁਸੀਂ ਗਾਲਾਂ ਕੱਢਦੇ ਸੀਗੇ ਸਾਰੇ ਲੋਕ ਜੀ ਪੇ ਇਹ ਹੀ ਨੌਜਵਾਨੀ ਨੂੰ ਗਮਰਾਹ ਕਰਦਾ ਕਰਾਹੇ ਪਾਉਂਦਾ ਹੁਣ ਕਹਿੰਦਾ ਉਹਦੀਆਂ ਉਹਨੂੰ ਰੋਂਦੇ ਹੋ ਉਹਦੀਆਂ ਸਿੱਫਤ ਸਲਾਹ ਕਰਦੇ ਆ ਹਨਾ ਪੇ ਅਸੀਂ ਤਾਂ ਉਹਨੂੰ ਤਾਂ ਮਾਰਿਆ ਹੈਗਾ ਸੋ ਇਹ ਵੀਡੀਓ ਕਿੰਨੀ ਸੱਚੀ ਆ ਕਿੰਨੀ ਝੂਠੀ ਆ ਇਹ ਰੱਬ ਜਾਣਦਾ ਹੈਗਾ ਇਕਥਾ ਦੇ ਵੀ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਤੁਸੀਂ ਸ਼ਹੀਦ ਨਾ ਕਹੋ ਜੀ ਕਿਉਂਕਿ ਉਹ ਆਪ ਹੀ ਇਨਵੋਲਵ ਸੀਗੇ ਕੋਈ ਐਡਾ ਦੀਆਂ ਗੱਲਾਂ ਵੀ ਕਹਿੰਦੇ ਆ ਬਿਲਕੁਲ ਬਿਲਕੁਲ ਇਹ ਕਈਆਂ ਉਹਨੇ ਵੀਡੀਓ ਦੇ ਵਿੱਚ ਕਹੀਆਂ ਨੇ ਤੁਸੀਂ ਧਿਆਨ ਨਾਲ ਸੁਣੋ ਬਾਕੀ ਗੀਤਾਂ ਦੀ ਗੱਲ ਕਰਦੇ ਆ ਤੇ ਇਹ ਵੀ ਗੀਤਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਲੌਰੈਂਸ ਬਿਸ਼ਨੋਈ ਗਰੁੱਪ ਨੂੰ ਉਹਨਾਂ ਦੇ ਗੀਤਾਂ ਦੇ ਇਤਰਾਜ਼ ਸੀ ਕਿਉਂਕਿ ਉਹ ਬੰਬੀਹਾ ਗਰੁੱਪ ਨੂੰ ਸਪੋਰਟ ਕਰਦੇ ਹੋਏ ਗੀਤ ਲੱਗਦੇ ਨੇ ਉਹਨਾਂ ਨੂੰ ਜੀ ਬਿਲਕੁਲ ਉਹ ਕਹਿੰਦਾ ਸਾਡੀ ਸਾਡੀ ਏਠੀ ਕਰਦਾ ਸੀਗਾ ਇਹ ਗੱਲ-ਗੱਲ ਦੇ ਵਿੱਚ ਇਸ ਕਰਕੇ ਅਸੀਂ ਇਹਨੂੰ ਮਾਰਿਆ ਹੈ ਨਾ ਸੋ ਇਹ ਮਿਕਸ ਜੇ ਵਿਚਾਰ ਆਉਂਦੇ ਪਹਿਰੇ ਜੀ ਪਰ ਸਾਡਾ ਜੋ ਪੁਆਇੰਟ ਆਫ View ਹੈ ਪੰਜਾਬ ਨੂੰ ਦੇਖ ਕੇ ਆ ਪੰਜਾਬ ਵਾਸੀਆਂ ਦੇ ਜੀਵਨ ਨੂੰ ਦੇਖ ਕੇ ਕਿੰਨਾ ਰਿਸਕੀ ਮਾਹੌਲ ਹੈ ਕਿੱਥੇ ਰਹਿ ਰਹੇ ਆਪਾਂ ਪਰ ਦੇਖੋ ਮੈਨੂੰ ਇੱਕ ਗੱਲ ਦਾ ਆ ਬਈ ਸਾਡੇ ਜਿਹੜੇ ਨਾਇਕ ਸੀਗੇ ਉਹ ਦੇਸ਼ ਭਗਤ ਸੀਗੇ ਜੀ ਸਾਡੇ ਨਾਇਕ ਮਦਨ لال ਢੀਂਗਰਾ ਹੋਰੀ ਸ਼ਹੀਦ ਉਦਮ ਸਿੰਘ ਸੁਨਾਮ ਸਾਡੇ ਨਾਇਕ ਭਗਤ ਸਿੰਘ ਹੋਰੀ ਸਾਡੇ ਨਾਇਕ ਜਿਹੜੇ ਆ ਰਾਜਗੁਰੂ ਸੁਖਦੇਵ ਵਰਗੇ ਠੀਕ ਆ ਸਾਡੇ ਜਿਹੜੇ ਨਾਇਕ ਆ ਉਹ ਬਾਬਾ ਬੁਜਾ ਸਿੰਘ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇਤਾ ਜੀ ਸੁਭਾਸ਼ ਚੰਦਰ ਬੋਸ ਹੈ ਨਾ ਸਾਡੇ ਮਤਲਬ ਸਾਡੇ ਉਹ ਨਾਇਕ ਨੇ ਔਰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਜਾਂ ਜ਼ੁਲਮ ਦੇ ਖਿਲਾਫ ਲੜਦਿਆਂ ਸ਼ਹੀਦیاں ਪ੍ਰਾਪਤ ਕੀਤੀਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਜੀ ਬਾਬਾ ਬੁਜਾ ਸਿੰਘ ਭਾਵੇਂ ਨਕਸਲਵਾੜੀ ਲਹਿਰ ਦੇ ਸ਼ਹੀਦ ਸੀ ਪਰ ਉਹ ਜ਼ੁਲਮ ਦੇ ਖਿਲਾਫ ਲੜਦੇ ਸੀ ਅਮੀਰਾਂ ਵੱਲੋਂ ਜਿਹੜਾ ਗਰੀਬਾਂ ਦਾ ਖੂਨ ਚੁੱਸਿਆ ਜਾਂਦਾ ਉਹਦੇ ਖਿਲਾਫ ساری ਉਮਰ ਲੜੇ ਔਰ ਝੂਠੇ ਮੁਕਾਬਲੇ ਦੇ ਵਿੱਚ ਨਾਈਮਾਜਾਰੇ ਦੇ ਪੁਲ ਦੇ ਉੱਤੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਉਹਨਾਂ ਨੂੰ 80 ਸਾਲਾਂ ਦੀ ਉਮਰ ਦੇ ਵਿੱਚ ਬਜ਼ੁਰਗ ਨੂੰ ਸ਼ਹੀਦ ਕੀਤਾ ਜਾਂਦਾ ਉਹ ਲੋਕ ਸਾਡੇ ਨਾਇਕ ਸਿਗੇ ਠੀਕ ਹੈ ਤਾਂ ਹੁਣ ਸਾਡੇ ਨਾਇਕ ਜਿਹੜੇ ਆ ਉਹ ਗਾਇਕ ਸਾਡੇ ਨਾਇਕ ਪੌਪ ਸਟਾਰ ਫਿਲਮ ਸਟਾਰ ਸਾਡੇ ਨਾਇਕ ਫਿਲਮ ਸਟਾਰ ਸਪੋਰਟਸਮੈਨ ਐ ਸਾਡੇ ਸਪੋਰਟਸਮੈਨ ਤੇ ਚਲੋ ਚਲੋ ਇੱਕ ਅੱਛੀ ਗੱਲ ਆ ਇੱਕ ਚੰਗੀ ਗੱਲ ਆ ਵੀ ਤੁਸੀਂ ਆਪਣੀ ਬਿਹਤਰ ਸਿਹਤ ਲਈ ਜਿਹੜੇ ਸਰਗਰਮ ਹੁੰਦੇ ਹੋ ਕਿਸੇ ਨੂੰ ਕੋਈ ਤੁਹਾਨੂੰ ਖਿਡਾਰੀ ਚੰਗਾ ਲੱਗਦਾ ਠੀਕ ਹੈ ਪਰ ਜੋ ক্রিকেট ਦਾ ਤੁਸੀਂ ਦੇਖਦੇ ਹੋ ਜਾਦੂ ਪਰ ক্রিকেট ਕਿਹੜੀ ਗੇਮ ਆ ਦੱਸੋ ক্রিকেট ਨੂੰ ਵਿਹਲਿਆਂ ਦੀ ਗੇਮ ਕਹਿੰਦੇ ਆ ਪਿੰਡਾਂ ਦੇ ਵਿੱਚ ਉਹਨੂੰ ਅੱਜ ਵੀ ਵਿਹਲਿਆਂ ਦੀ ਖੇਡ ਕਿਹਾ ਜਾਂਦਾ ਜਿੰਨੇ ਬੁਕੀਜ਼ ਮਿਲਦੇ ਨੇ ਉਹਦੇ ਚ ਜਿੰਨਾ ਉਹਦੇ ਚ ਬਲੈਕ ਮਨੀ ਬਿਜ਼ਨਸ ਹੋ ਰਿਹਾ ਦੁਨੀਆ ਭਰ ਦੇ ਵਿੱਚ ਹੈ ਨਾ 마ਫੀਆ ਹੈ ਪੂਰਾ 마ਫੀਆ ਪੂਰਾ ਔਰ 골ਫ ਹੈ ਉਹ ਕਹਿੰਦੇ ਵੀ ਪੱਟਾਂ ਦਾ ਜੋਰ ਤਾਂ ਪਤਾ ਲੱਗਦਾ ਰੈਸਲਿੰਗ ਦੇ ਵਿੱਚ ਭੰਗੜੇ ਚ ਵੀ ਪਤਾ ਲੱਗਦਾ ਭੰਗੜੇ ਚ ਪਤਾ ਲੱਗਦਾ ਉਹਦਾ ਪਤਾ ਲੱਗਦਾ ਹਾਕੀ ਖੇਡਦੇ ਆ ਉਹਦਾ ਪਤਾ ਲੱਗਦਾ ਫੋਟੋ ਵਾਲ ਖੇਡਦੇ ਆ ਉਹਦਾ ਪਤਾ ਲੱਗਦਾ ਤੈਰਾਕੀ ਕਰਦੇ ਆ ਠੀਕ ਹੈ ਉਹਦਾ ਪਤਾ ਲੱਗਦਾ ਫੀਲਡ ਐਂਡ ਟਰੈਕਸ ਦੀਆਂ ਗੇਮਾਂ ਚ ਤਾਂ ਉਹ ਕ੍ਰਿਕਟ ਦੇ ਵਿੱਚ ਨਹੀਂ ਪਤਾ ਲੱਗਦਾ ਸੋ ਸਾਡੇ ਹੀਰੋ ਜਿਹੜੇ ਆ ਉਹ ক্রিকেট ਤੁਸੀਂ ਇਕ ਨਿੱਕੇ ਜਿਹੇ ਬੱਚੇ ਨੂੰ ਅੱਜ ਕੱਲ ਪੁੱਛ ਲਓ ਭਈ ਫਲਾਣਾ ਇਹਨੇ ਕਿੰਨੇ ਰਨ ਬਣਾਏ ਠਮਕੇ ਇਹਨੇ ਕਿੰਨੇ ਬਣਾਏ ਔਰ ਦੂਸਰੇ ਜਿਹੜਾ ਮਤਲਬ ਜਿਨ੍ਹਾਂ ਜਿ ਉਹ ਹੀ ਸਾਡੇ ਬੱਚਿਆਂ ਦੇ ਹੀਰੋ ਹੋਣਗੇ ਤਾਂ ਦੇਸ਼ ਦਾ ਕੀ ਬਣੂ ਭਾਈ ਭਾਰਤ ਦੇ ਵਿੱਚ ক্রিকেট ਰਿਲੀਜਨ ਬਣ ਚੁੱਕਾ ਹੈ ਔਰ ਅਸੀਂ ਦੇਖਦੇ ਆ ਵੱਡੇ ਵੱਡੇ ਫਿਲਮ ਸਟਾਰਸ ਜੀ ਵੱਡੇ ਵੱਡੇ ਅਸਲ ਰਸੂਖ ਵਾਲੇ ਬੰਦੇ ਇਨਵੋਲ ਮਿਲਦੇ ਨੇ ਬੁਕਿੰਗਸ ਦੇ ਨਾਲ ਪੈਸਾ ਲਗਾਉਂਦੇ ਹੋਏ ਜੂਆ ਖੇਡਦੇ ਹੋਏ ক্রিকেট ਦਾ ਫਿਰ ਦੇਸ਼ ਦਾ ਕੀ ਬਣੂਗਾ ਨਹੀਂ ਤਾਂ ਸੋਚਣ ਵਾਲੀ ਜਿ ਸਾਡੇ ਇਹੀ ਦੇਸ਼ਪੱਤ ਹੋ ਨਾਇਕ ਬਦਲ ਗਏ ਸਾਡੇ ਮਤਲਬ ਨਾਇਕ ਸਾਡੇ ਹੋਣਗੇ ਮਤਲਬ ਅਸੀਂ ਇਹ ਕਹਿੰਦੇ ਆ ਕਿ ਜਿਹੜੇ ਇਹ ਲੋਕ ਬੈਠੇ ਨੇ ਜਿਨੇ ਆਪਾਂ ਮਾਫੀਆ ਦੀ ਗੱਲ ਕਰਦੇ ਆ ਇੱਕ ਪੈਰਲਲ ਗਵਰਨਮੈਂਟ ਚਲਾ ਰਹੇ ਨੇ ਸਾਡੇ ਪੰਜਾਬ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਕਿ ਇੱਕ ਜਿਹੜੇ ਸੰਵਿਧਾਨ ਤੋਂ ਹਟ ਕੇ ਸੰਵਿਧਾਨ ਤੋਂ ਉੱਤੇ ਨੇ ਆਪਣੇ ਫੈਸਲੇ ਆਪ ਕਰਦਿੰਦੇ ਨੇ ਆਪਣਾ ਕਾਨੂੰਨ ਆਪ ਬਣਾਉਂਦੇ ਨੇ ਕਿਸੇ ਨੂੰ ਵੀ ਫੋਨ ਕਰ ਦਿੰਦੇ ਨੇ ਕਿਸੇ ਨੂੰ ਵੀ ਧਮਕਾ ਦੇ ਦਿੰਦੇ ਨੇ ਕੁਝ ਵੀ ਔਰ ਫਿਰ ਦਲੀਲ ਦੇ ਦਿੰਦੇ ਕਿ ਕੱਲਾ ਤੂੰ ਧਮਕਾਉਂਦੇ ਹੀ ਨਹੀਂ ਮਾਰ ਵੀ ਦਿੰਦੇ ਆ ਬਿਲਕੁਲ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਅਸੀਂ ਗਰੀਬਾਂ ਨੂੰ ਬਚਾਉਣ ਵਾਸਤੇ ਜ਼ੁਲਮ ਤੋਂ ਅਮੀਰਾਂ ਨੂੰ ਅਸੀਂ ਟਾਰਗੇਟ ਤੇ ਰੱਖਦੇ ਆ ਸੋ ਇਹ ਇਹ ਪਹਿਲੀ ਗੱਲ ਤਾਂ ਅਸੀਂ ਇਹ ਕਹਿੰਦੇ ਆ ਕਿ ਇਹ ਜੋ ਇਸ ਰਾਹ ਤੇ ਚਲੇ ਗਏ ਨੇ ਜੀ ਉਹਨਾਂ ਨੂੰ ਮਾਨ ਸਾਹਿਬ ਸਰਕਾਰ ਕਹਿੰਦੀ ਹੈ ਕਿ ਵਾਪਸ ਸਹੀ ਰਾਹ ਤੇ ਲਿਆਇਆ ਜਾਵੇ ਇਹ ਪਹਿਲੀ ਗੱਲ ਹੈ ਉਹਨਾਂ ਨੂੰ ਜ਼ਰੂਰ ਲਿਆਇਆ ਜਾਵੇ ਸਹੀ ਰਾਹ ਦੇ ਉੱਤੇ ਕਿਉਂਕਿ ਆਪਣੇ ਹੀ ਘਰਾਂ ਦੇ ਬੱਚੇ ਵਿਗੜ ਗਏ ਨੇ ਦੂਜੀ ਗੱਲ ਇਹ ਹੈ ਕਿ ਜਿਹੜੇ ਬਹੁਤ ਦੂਰ ਨਿਕਲ ਗਏ ਨੇ ਉਹਨਾਂ ਨੂੰ ਤਾਂ ਫਿਰ ਕਾਨੂੰਨ ਦੇਖੇਗਾ ਕਿ ਉਹਨਾਂ ਨੂੰ ਬਿਲਕੁਲ ਦੂਸਰੀ ਗੱਲ ਇਹ ਆ ਵੀ ਜਿਸ ਤਰ੍ਹਾਂ ਰੱਖਣਾ ਹੈ ਜੋ ਇਸ ਵੇਲੇ ਅਮਨ ਕਾਨੂੰਨ ਦੀ ਸਥਿਤੀ ਆ ਬਿਲਕੁਲ ਭਈ ਕਰੋ ਬਾਹਰ ਨਿਕਲਣਾ ਵੀ ਇੱਕ ਜਿਹੜਾ ਨਾ ਦਾਨਾ ਬੰਦਾ ਡਰਦਾ ਹੈਗਾ ਕੱਲ ਦੀ ਤੁਸੀਂ ਗੱਲ ਦੇਖ ਲਓ ਭਈ ਲੁਧਿਆਣੇ ਇਕ ਨੌਜਵਾਨ ਤੇ ਕੋਈ ਹਮਲਾ ਕਰਦੇ ਆ ਨੌਜਵਾਨ ਜੀ ਉਹ ਹਸਪਤਾਲੋਂ ਦਾ ਇਲਾਜ ਲਈ ਜਾਂ ਜੋ ਵੀ ਆਪਣਾ ਪਰਚੀ ਕਟਾਉਣ ਹਨਾ ਜਾਂ ਐਮ ਐਲ ਸੀ ਕਟਾਉਣ ਹਸਪਤਾਲ ਚੋਂ ਉੱਥੇ ਫਿਰ ਹਮਲਾ ਹੁੰਦਾ ਜੀ ਪੁਲਿਸ ਚੌਕੀ ਵਾਲੇ ਸੁੱਤੇ ਪਏ ਆ ਹਸਪਤਾਲ ਵਾਲੇ ਸਿਵਲ ਹਸਪਤਾਲ ਲੁਧਿਆਣੇ ਦੀ ਗੱਲ ਆ ਹਨਾ ਹਾਂਜੀ ਔਰ ਉਹ ਉਹਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਕਿਰਪਾਨਾਂ ਨਾਲ ਵੱਢ ਕੇ ਚਲੇ ਜਾਂਦੇ ਆ ਤਾਂ ਤੇ ਉਹਦੀ ਮੌਤ ਹੋ ਜਾਂਦੀ ਆ ਹਨਾ ਸੋ ਇਦਨੇ ਬੇਖੌਫ ਲੋਕੇ ਜਿਹੜੇ ਗੈਰ ਸਮਾਜੀ ਤਾਤਿਆ ਉਹ ਪੰਜਾਬ ਦੇ ਵਿੱਚ ਘੁੰਮ ਰਹੇ ਆ ਤੇ ਇੰਨੀ ਜਣ ਕੇ ਬੇਜਕੀਨੀ ਦੀ ਹਾਲਤ ਆ ਕੋਈ ਕਿਸੇ ਨੂੰ ਅੱਗੇ ਕਹਿੰਦੇ ਹੁੰਦੇ ਸੀ ਯਾਰ ਕੋਈ ਰਾਹ ਗਲੀ ਲਿਫਟ ਮੰਗੇ ਤੁਹਾਡੇ ਤੋਂ ਨਾ ਤਾਂ ਉਹਨੂੰ ਦੇ ਦੋ ਹਨਾ ਡਰਦਾ ਕੋਈ ਕਾਰ ਨਹੀਂ ਰੋਕਦਾ ਰਾਤ ਬਰਾਤੇ ਡਰਦਾ ਕੋ ਸਕੂਟਰ ਮੋਟਰਸਾਈਕਲ ਰੋਕ ਕੇ ਕਿਸੇ ਨੂੰ ਲਿਫਟ ਨਹੀਂ ਦਿੰਦਾ ਪਿੱਛੇ ਮੁੜ ਕੇ ਵੀ ਨਹੀਂ ਬਲ ਕੇ ਦੇਖਦੇ ਇੰਨੀ ਤੇਜ਼ ਦੜਾ ਕੇ ਲੈ ਜਾਂਦੇ ਆ ਵੀ ਨਾ ਜਾਣਿਆ ਉਹ ਲੋਕ ਕੌਣ ਕੌਣ ਹਨਾ ਸੋ ਨੇਤ ਆਪਾਂ ਦੇਖਦੇ ਹਾਂ ਵੀ ਕਿਤੇ ਕਤਲ ਹੋ ਰਿਹਾ ਕਿਤੇ ਡਾਕਾ ਪੈ ਰਿਹਾ ਕਿਤੇ ਲੁੱਟਾਂ ਖੋਹ ਹੋ ਰਹੀਆਂ ਅਾ ਲੁਧਿਆਣੇ ਕੱਲ ਆਪਣੇ ਕੁੱਤੇ ਨੂੰ ਰੋਟੀ ਪਾਉਂਦੀ ਔਰਤ ਘਰ ਚੋਂ ਚੈਨੀ ਖੋਕੇ ਲੱਗਿਆ ਜਲੰਧਰ ਦੀਆਂ ਘਟਨਾਵਾਂ ਤੁਸੀਂ ਦੇਖ ਲਓ ਕੱਲ ਪਰਸੋਂ ਅੱਜ ਦੀਆਂ ਹਨਾ ਕੀ ਕੀ ਹੋਇਆ ਇਹ ਤਾਂ ਬੇਰੋਜ਼ਗਾਰੀ ਔਰ ਦੂਜਾ ਆਪਾਂ ਇੱਕ ਇੱਕ ਚੀਜ਼ ਦੇਖਦੇ ਹਾਂ ਕਿਉਂਕਿ ਜੋ ਗੈਂਗਸਟਰਸ ਨੇ ਜੋ ਇਸ ਤਰ੍ਹਾਂ ਦਾ ਮਾਫੀਆ ਹੈ ਜੀ ਠੀਕ ਹੈ ਕਿਤੇ ਨਾ ਕਿਤੇ ਨਾ ਮੇਰੇ ਅੰਦਰ ਉਹਨਾਂ ਵਾਸਤੇ ਇੱਕ ਸੌਫਟ ਕੋਰਨਰ ਕਿਉਂ ਆ ਜਾਂਦਾ ਕਿ ਉਹ ਇੱਕ ਇਨਸਾਨ ਤਾਂ ਹੈਗੇ ਨੇ ਪਰ ਉਹ ਗਮਰਾਹ ਲੋਕ ਆ ਗਮਰਾਹ ਲੋਕ ਨੇ ਔਰ ਸਰਕਾਰਾਂ ਦਾ ਕਸੂਰ ਹੈ ਨਾ ਸਿਆਸਤਦਾਨਾਂ ਦਾ ਕਸੂਰ ਹੈ ਬਿਲਕੁਲ ਉਹਨਾਂ ਦੀ ਅਜੋਕੀ ਹਾਲਤ ਨਹੀਂ ਇਹ ਲੋਕ ਜ਼ਿੰਮੇਵਾਰ ਨੇ ਇਹ ਵਿਕਟਮਸ ਨੇ ਜੀ ਇਹ ਤਾਂ ਹਾਲਾਤ ਦੇ ਸ਼ਿਕਾਰ ਹੋਏ ਆ ਉਹ ਬਾਈ ਚੁਆਇਸ ਨਹੀਂ ਹੈਗੇ ਨਹੀਂ ਉਹਨਾਂ ਨੂੰ ਤਾਂ ਪ੍ਰੈਸ਼ਰਾਈਜ਼ ਕੀਤਾ ਗਿਆ ਬਿਲਕੁਲ ਉਹ ਜਾਨੀ ਕਿ ਨਾ ਚਾਹੁੰਦੇ ਆ ਹੋਇਆ ਇਸ ਬਿਲਕੁਲ ਐਗਜ਼ੈਕਟਲੀ ਤੁਰਦੇ ਆ ਇਸ ਕਰਕੇ ਉਹਨਾਂ ਵਾਸਤੇ ਸੌਫਟ ਕਾਰਨਰ ਆਉਂਦਾ ਕਿ ਉਹਨਾਂ ਨੂੰ ਕਿਸੇ ਕਿਹੜਾ ਨਹੀਂ ਚਾਹੁੰਦਾ ਆਪਣੇ ਸੰਜੀਪ ਜੀ ਪਈ ਮੇਰੀ ਜ਼ਿੰਦਗੀ ਸ਼ਾਂਤ ਮੇ ਹੀ ਹੋਵੇ ਮੈਂ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰਾਂ ਮੈਂ ਆਪਣੇ ਬੱਚਿਆਂ ਚ ਬੈਠਾ ਮੈਂ ਆਪਣੇ ਮਾਪਿਆਂ ਕੋਲ ਬੈਠਾ ਮੈਂ ਆਪਣੇ ਭੈਣਾਂ ਭਰਾਵਾਂ ਚ ਬੈਠਾ ਰਿਸ਼ਤੇਦਾਰੀ ਚ ਆਵਾ ਜਾਵਾ ਦੋਸਤਾਂ ਕੋਲ ਆਵਾ ਜਾਵਾ ਤਾਂ ਕੋਣ ਚਾਹੁੰਦਾ ਵੀ ਮੈਂ ਲੋਕੇ ਰਹਾ ਇਹੋ ਜੀਆਂ ਕਾਰਵਾਈਆਂ ਕਰਾਂ ਜਾਨ ਬਚਾਉਂਦਾ ਫਿਰਾਂ ਫਿਰ ਹਨਾ ਨਾ ਰੋਟੀ ਦਾ ਪਤਾ ਨਾ ਦਿਨ ਦਾ ਪਤਾ ਨਾ ਰਾਤ ਕਿੱਥੇ ਕੱਟਣੀ ਆ ਕਦੋਂ ਬਰਕੀ ਰੋਟੀ ਦੀ ਮਿਲਣੀ ਆ ਕਦੋਂ ਖਾਣਾ ਕਦੋਂ ਸੌਣਾ ਹੈ ਨਾ ਦਰਬਦਰ ਹੋਏ ਫਿਰਦੇ ਆ ਪਤਾ ਨਹੀਂ ਕਿਹੜੀ ਗੋਲੀ ਤੇ ਮੇਰਾ ਨਾਮ ਲਿਖਿਆ ਹੋਇਆ ਹੈ ਬਿਲਕੁਲ ਬਿਲਕੁਲ ਜੇ ਮੈਂ ਕਿਸੇ ਨੂੰ ਮਾਰਨ ਜਾਊਂਗਾ ਤਾਂ ਮੈਂ ਆਪਣੀ ਲਾਈਫ ਵੀ ਤੇ ਰਿਸਕ ਆ ਕੋਈ ਕਿਉਂ ਇਹ ਚਾਹੂਗਾ ਇਹ ਲੋਕ ਮਤਲਬ ਇਹਦੇ ਲਈ ਸਰਕਾਰਾਂ ਜ਼ਿੰਮੇਵਾਰ ਆ ਇਹਦੇ ਲਈ ਭ੍ਰਿਸ਼ਟ ਸਿਆਸਤਦਾਨ ਜ਼ਿੰਮੇਵਾਰ ਆ ਇਹਦੇ ਲਈ ਸਾਡਾ ਭ੍ਰਿਸ਼ਟ ਨਿਜਾਮ ਜ਼ਿੰਮੇਵਾਰ ਆ ਜਿਹੜੇ ਘਾਰ ਉਜੜਦੇ ਆ ਨਾ ਜਿੱਥੇ ਮੌਤਾਂ ਹੁੰਦੀਆਂ ਤੁਸੀਂ ਦੇਖੋ ਨਸ਼ਾ ਦੀ ਭੇਟ ਚੜਦੀਆਂ ਜਵਨੀਆਂ ਉਨਾ ਘਰਾਂ ਚ ਜਾ ਕੇ ਦੇਖੋ ਜਿੱਥੇ 70 ਵਿਛਦੇ ਆ ਜਿੱਥੇ ਬੱਚੇ ਘਰ ਦਾ ਭਾਂਡਾ ਟਿੰਡਾ ਚੁੱਕ ਕੇ ਵੇਚਦੇ ਆ ਬਿਲ ਇਕ ਬਿਲੇ ਆ ਅੱਖ ਬਚਾ ਕੇ ਖੇਤੀ ਮਸ਼ੀਨਰੀ ਚੁੱਕ ਚੁੱਕ ਕੇ ਵੇਚੀ ਜਾਂਦੇ ਆ ਜੋ ਆਉਂਦਾ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਸੀਗਾ ਭਈ ਇੱਕ ਪਰਿਵਾਰ ਚ ਰਿਸ਼ਤੇਦਾਰੀ ਚ ਖੜੀ ਕਣਕ ਗੁਜਰਾ ਨੂੰ ਵੇਚ ਦਿੱਤੀ ਦੋ ਭਰਾ ਆ ਦੋਵੇਂ ਅਮਲੀ ਨੇ ਦੋਵੇਂ ਅਮਲੀ ਨੇ ਇੱਕ ਨਿਊਜ਼ ਸੀਗੀ ਬਿਲਕੁਲ ਠੀਕ ਹੈ ਔਰ ਮੇਰੇ ਉਹ ਰਿਸ਼ਤੇਦਾਰ ਨੇ ਬੱਚੇ ਜੀ ਜੀ ਠੀਕ ਹੈ ਕੀ ਕਰ ਲਓਗੇ ਤੁਸੀਂ ਕਿੱਥੇ ਉਹਨਾਂ ਬੱਚਿਆਂ ਨੂੰ ਲੈ ਕੇ ਚਲ ਜਾਈਏ ਸਹੀ ਸਹੀ ਚਾਰ-ਚਾਰ ਵਾਰ ਉਹਨਾਂ ਨੂੰ ਇਹਦੇ ਵਿੱਚ ਮਤਲਬ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਲੰਧਰ ਵੀ ਲੈ ਆਣ ਕੇ ਰੱਖਿਆ ਮੁੜ ਕੇ ਪਿੰਡ ਜਾਂਦੇ ਆ ਹਫ਼ਤੇ ਦਸੀ ਦਿਨੀ ਮਹੀਨੇ ਮਗਰੋਂ ਫੇਰ ਉਹ ਹੀ ਕੰਮ ਸ਼ੁਰੂ ਕਰਦੇ ਆ ਫੇਰ ਉਹ ਹੀ ਕੰਮ ਸ਼ੁਰੂ ਹੋ ਜਾਂਦਾ ਸੋ ਇਹ ਇਹ ਚੀਜ਼ਾਂ ਦੇਖਣ ਵਾਲੀਆਂ ਨੇ ਇਹ ਬੜੀ ਤਗੜੀ ਸੋਸ਼ਲ ਪ੍ਰੋਬਲਮ ਆ ਔਰ ਜਿਹੜੇ ਸੋਸ਼ਲ ਸਾਇੰਟਿਸਟ ਬੈਠੇ ਨੇ ਨਾ ਸਮਾਜ ਦੇ ਵਿੱਚ ਉਹਨਾਂ ਨੂੰ ਖਾਸ ਤੌਰ ਤੇ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਉਹ ਦਿੰਦੇ ਵੀ ਆ ਰੌਲਾ ਵੀ ਪਾਉਂਦੇ ਆ ਪਰ ਸਰਕਾਰਾਂ ਸੁਣਦੀਆਂ ਨਹੀਂ ਸਰਕਾਰਾਂ ਸੁਣਦੀਆਂ ਨਹੀਂ ਪਤਾ ਨਹੀਂ ਅੰਦਰ ਕੀ ਫਾਇਦਾ ਤੇ ਕੀ ਨੁਕਸਾਨ ਹੈ ਸਰਕਾਰਾਂ ਦਾ ਜੋ ਨੌਜਵਾਨੀ ਨੂੰ ਇਸ ਰਾਹ ਤੇ ਪਾ ਦਿੱਤਾ ਕਿ ਉਹ ਮਾਫੀਆ ਬਣ ਗਏ ਤੇ ਉਹ ਗੈਂਗਸਟਰਸ ਬਣ ਗਏ ਜਦ ਕਿ ਨੌਜਵਾਨੀ ਦਾ ਜਿਹੜਾ ਉਹ ਤਾਕਤ ਦਾ ਸਾਰਾ ਜੋਸ਼ ਆ ਨਾ ਉਹ ਇਧਰ ਹਾਂ ਬਿਲਕੁਲ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਤਾਂ ਪਤਾ ਨਹੀਂ ਦੁਨੀਆ ਦੇ ਵਿੱਚ ਕੀ ਕੁਝ ਕਰ ਸਕਦਾ ਬਿਲਕੁਲ ਉਹਨਾਂ ਚ ਇੰਨੀ ਸਬਰਥਾ ਹੁੰਦੀ ਹੈ ਇੰਨਾ ਪੋਟੈਂਸ਼ੀਅਲ ਆ ਨੌਜਵਾਨੀ ਦੇ ਵਿੱਚ ਵੀ ਉਹਨਾਂ ਦੀ ਤਾਕਤ ਨੂੰ ਜੇ ਚੈਨਲਾਈਜ਼ ਕਰਕੇ ਸਹੀ ਪਾਸੇ ਲਾਇਆ ਜਾਵੇ ਤਾਂ ਉਹ ਤਾਂ ਮਤਲਬ ਚੰਦ ਨੂੰ ਹੱਥ ਲਾਉਣ ਕਮਾਲ ਹੋ ਜਾਏਗਾ ਠੀਕ ਹੈ ਨਾ ਬਿਲਕੁਲ ਸਹੀ ਕਹਿ ਰਹੇ ਹੋ ਜੀ ਸੋ ਆਪਾਂ ਹੁਣ ਅੱਗੇ ਵਧੀਏ ਕਿ ਕਹਿੰਦੇ ਨੇ ਕਿ ਟਕਰਾਓ ਹੋ ਸਕਦਾ ਹੈ ਜੋ ਬੇਅਦਬੀ ਮਾਮਲੇ ਦੇ ਵਿੱਚ ਤਿੰਨ ਜਾਣਿਆਂ ਨੂੰ ਸਜ਼ਾ ਹੋਈ ਹੈ ਔਰ ਰਾਮ ਰਹੀਮ ਜੀ ਉਧਰ ਜੋ ਗ੍ਰਿਫਤਾਰ ਨੇ ਜੇਲ੍ਹ ਦੇ ਵਿੱਚ ਨੇ ਉਹ ਕਹਿੰਦੇ ਨੇ ਮੈਂ ਥੋੜਾ ਜਿਹਾ weight ਕੀ lose ਕਰ ਲਿਆ ਥੋੜਾ 파ਰ ਘਟਾ ਲਿਆ ਤੇ ਮੈਨੂੰ ਨਕਲੀ ਸਮਝਣ ਲੱਗ ਪਏ ਨੇ ਉਹ ਇਦਾਂ ਦੀ ਇੱਕ ਸਟੇਟਮੈਂਟ ਦੇਖੋ ਸੁਨਾਰੀਆ ਜੇਲ੍ਹ 'ਚ ਇਸ ਵੇਲੇ ਸੁਖ ਨਾਲ ਬੈਠਾ ਜੀ ਸੰਤ ਤਾਂ ਕਹਿਣ ਨੂੰ ਹੁਣ ਦਿਲ ਨਹੀਂ ਕਰਦਾ ਉਹਨਾਂ ਨੂੰ ਹੂੰ ਹੂੰ ਤੇ ਨਾ ਹੀ ਮੈਂ ਕਦੀ ਪਹਿਲਾਂ ਤੋਂ ਮੰਨਦਾ ਅ ਉਹ ਜਿਹੋ ਜਿਹਾਂ ਕਾਰਵਾਈਆਂ ਉਹ ਕਰਦੇ ਗਏ ਆ ਜੇਲ੍ਹ ਦੇ ਵਿੱਚ ਉਹ ਸੰਤ ਨਹੀਂ ਇਹੋ ਜਿਹਾਂ ਕਾਰਵਾਈਆਂ ਕਰਦੇ ਸੰਤਾਂ ਦੇ ਕਾਰਜ ਨਹੀਂ ਹੁੰਦੇ ਇਹੋ ਜਿਹੇ ਦੂਸਰੀ ਗੱਲ ਇਹ ਵੀ ਉਹ ਬਾਡੀ ਬਿਲਡਰ ਆ ਮਤਲਬ ਜੇਲ੍ਹ ਦੇ ਵਿੱਚ ਉਹ ਮਤਲਬ ਜਿਮਿੰਗ ਕਰਦਾ ਜਾਂ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਆ ਵੀ ਭਾਰ ਘਟਾ ਲਿਆ ਦੂਸਰੀ ਗੱਲ ਉਹਦੇ ਪਰੋਕਾਰ ਹਾਈ ਕੋਰਟ ਦੇ ਵਿੱਚ ਇੱਕ ਕੰਪਲੇਟਿਸ਼ਨ ਪਾਉਂਦੇ ਆ ਜੀ ਜੀ ਅ ਅਰਜ਼ ਕਰਦੇ ਆ ਵੀ ਦੇਖੋ ਜੀ ਹੱਥ ਪੈਰਾਂ ਦਾ ਸਾਈਜ਼ ਹੀ ਵੱਧ ਘੱਟ ਹੋ ਗਿਆ ਇਹਦਾ ਸਾਡੇ ਗੁਰੂ ਮਹਾਰਾਜ ਦੇ ਹੱਥ ਪੈਰੇ ਨਹੀਂ ਲੱਗਦੇ ਠੀਕ ਹੈ ਉਹ ਤਾਂ ਲੱਗਦੇ ਹੀ ਕੋਈ ਹੋ ਰਿਹਾ ਔਰ ਉਥੋਂ ਜਦੋਂ ਹਾਈ ਕੋਰਟ ਉਹਨਾਂ ਨੂੰ ਉਹ ਅਰਜ਼ੀ ਵਾਪਸ ਲੈਣ ਲਈ ਕਹਿੰਦਾ ਵੀ ਹਾਈ ਕੋਰਟ ਨੇ ਨਹੀਂ ਇਹ ਫੈਸਲਾ ਕਰਨਾ ਇਹ ਹਾਈ ਕੋਰਟ ਦਾ ਕੰਮ ਹੈ ਵੀ ਅਸੀਂ ਦੇਖੀਏ ਵੀ ਇਹ ਅਸਲੀ ਆ ਕਿ ਨਕਲੀ ਆ ਠੀਕ ਹੈ ਇਹ ਜਾਂਚ ਏਜੰਸੀਆਂ ਦੇ ਕੰਮ ਹੁੰਦੇ ਆ ਔਰ ਉਹ ਅਰਜ਼ੀ ਉਹਦੇ ਪੈਰੋਕਾਰਾਂ ਨੂੰ ਵਾਪਸ ਲੈਣੀ ਪਈ ਆ ਸੋ ਦੂਸਰੀ ਗੱਲ ਭਈ ਕੋਈ ਮਾਹੌਲ ਖਰਾਬ ਹੋ ਜੂਗਾ ਜਾਂ ਇਦਾਂ ਹੋ ਜੂਗਾ ਜੇ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਆ ਤਾਂ ਉਹ ਅੰਦਰ ਸਜ਼ਾ ਕੱਟਣਾ ਆਪਣੀ ਜੇ ਉਹਨਾਂ ਨੇ ਉਹ ਕਸੂਰਵਾਰ ਨੇ ਤਾਂ ਅਦਾਲਤ ਨੇ ਕੋਈ ਸਬੂਤਾਂ ਦੇ ਆਧਾਰ ਤੇ ਸਜ਼ਾ ਦਿੱਤੀ ਹੋਏਗੀ ਨਾ ਕੁਝ ਨਾ ਗੱਲ ਹੋਏਗੀ ਤੇ ਹਾਲਾਤ ਕਿਉਂ ਖਰਾਬ ਕਰਨਗੇ ਠੀਕ ਹੈ ਹਾਲਾਤ ਖਰਾਬ ਕਰਨਗੇ ਤਾਂ ਫੇਰ ਉਹ ਸ਼ਕਤੀ ਨਾਲ ਨਜਠੇ ਸਰਕਾਰ ਬਿਲਕੁਲ ਗੱਲ ਸਹੀ ਹੈ ਅੱਗੇ ਆਪਾਂ ਬੁਰੇ ਹਾਲਾਤ ਦੇ ਨਤੀਜੇ ਦੇਖ ਹੀ ਚੁੱਕੇ ਆ ਦੇਖ ਚੁੱਕੇ ਆ ਔਰ ਜਿਹੜੀ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਪਟੀਸ਼ਨ ਪਾਈ ਸੀ ਕਿ ਸਾਡੇ ਜਿਹੜੇ ਅਸਲੀ ਗੁਰੂ ਜੀ ਨੇ ਉਹਨਾਂ ਨੂੰ ਸ਼ਾਇਦ ਰਾਜਸਥਾਨ ਜਾਂ ਕਿਤੇ ਹੋਰ ਕਿਡਨੈਪ ਕਰ ਲਿੱਤਾ ਗਿਆ ਹੈ ਉਹ ਅਸਲੀ ਨਹੀਂ ਹੈਗੇ ਸੋ ਇਹ ਗੱਲਾਂ ਜਿਹੜੀਆਂ ਨੇ ਨਾ ਵਾਕਈ ਠੀਕ ਹੈ ਇਹ ਜਾਂਚ ਏਜੰਸੀਆਂ ਦੇਖਣ ਗਿਆ ਔਰ ਦੂਜੀ ਗੱਲ ਇਹ ਆ ਕਿ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਕਿਨੇ ਕਿਡਨੈਪ ਕਰ ਲਿਆ ਫਿਰ ਇਹਦੇ ਵਿੱਚ ਸਰਕਾਰ ਨਾਲ ਮਿਲੀ ਹੋਈ ਹੈ ਤਾਂ ਹੀ ਬਿਲਕੁਲ ਔਰ ਜਦੋਂ ਉਹ ਰੈਟ ਕਰਦੇ ਆ ਹਾਈ ਕੋਰਟ ਦੇ ਵਿੱਚ ਵੀ ਅਸਲੀ ਨਹੀਂ ਜੀ ਲੱਗਦੇ ਉਦੋਂ ਸੁਨਾਰੀਆ ਜੇਲ੍ਹ ਦੇ ਪ੍ਰਸ਼ਾਸਨ ਨੂੰ ਵੀ ਹਤਾ ਪੈਰਾਂ ਦੀ ਪਿੰਦੀ ਆ ਉਹ ਆਪਾਂ ਦੇਖਦੇ ਆ ਪਰ ਇਹਦਾ ਮਤਲਬ ਜੇਲ੍ਹਾਂ ਦੇ ਵਿੱਚ ਸਭ ਲੋਕ ਜਿਹੜੇ ਆ ਰਲੇ ਹੋਏ ਲੋਕ ਆ ਵੀ ਕੋਈ ਪਤਾ ਹੀ ਨਹੀਂ ਪਏ ਅਸਲੀ ਕੌਣ ਆ ਨਕਲੀ ਕੌਣ ਆ ਔਰ ਉਹ ਕਿੱਦਾਂ ਮਤਲਬ ਜੇਲ੍ਹ ਪ੍ਰਸ਼ਾਸਨ ਏ ਨੁਹਤਾ ਪਰਾਂ ਦੀ ਕਿਉਂ ਭੋਵੇ ਬਈ ਜੇਲ੍ਹ ਦੇ ਵਿੱਚ ਕਿਦਾਂ ਕੋਈ ਅਸਲੀ ਨਕਲੀ ਦਾ ਰੌਲਾ ਪੈ ਸਕਦਾ ਅਦਲਾ ਬਦਲੀ ਕਿਵੇਂ ਹੋ ਸਕਦੀ ਹੈ ਕਿਡਨੈਪ ਕਿਵੇਂ ਹੋ ਸਕਦਾ ਬਿਲਕੁਲ ਫਿਰ ਉਹਨਾਂ ਦੀ ਥਾਂ ਦੇ ਉੱਤੇ ਇੱਕ ਨਕਲੀ ਬੰਦਾ ਕਿਵੇਂ ਫਿਕਸ ਕੀਤਾ ਜਾਂਦਾ ਸੁਧਾਰਨ ਬੰਦਾ ਵੀ ਕਿਸੇ ਦੀ ਮੁਲਾਕਾਤ ਲਈ ਜਾਂਦਾ ਜਾਂ ਜੇ ਕੋਈ ਅੰਦਰ ਵੀ ਕਿਸੇ ਨੂੰ ਮਿਲਣ ਜਾਂਦਾ ਨਾ ਜੇਲ੍ਹ ਦੇ ਪ੍ਰਸ਼ਾਸਨ ਚੋਂ ਵੀ ਤੁਸੀਂ ਕਦੀ ਗਏ ਹੋਮੋ ਦੇ ਜੇਲ੍ਹ ਦੇ ਵਿੱਚ ਤਾਂ ਉਹ ਤੁਹਾਡੇ ਇੱਕ ਨਿਸ਼ਾਨੀ ਲਾਉਂਦੇ ਆ ਪੈਨ ਦੇ ਨਾਲ ਵਾਪਸੀ ਤੇ ਉਹ ਦੇਖਦੇ ਆ ਨਿਸ਼ਾਨੀ ਹੈ ਨਾ ਕਿ ਕਿਹੜਾ ਬੰਦਾ ਅੰਦਰ ਗਿਆ ਸੀ ਤੇ ਕਿਹੜਾ ਆਇਆ ਸੀ ਬਾਹਰ ਆਇਆ ਸੀ ਠੀਕ ਆ ਸੋ ਬਹੁਤ ਉੱਪਰਲੇ ਲੈਵਲ ਦੀ ਅਫਸਰ شاہੀ ਨੂੰ ਛੱਡ ਕੇ ਜੇ ਕੋਈ ਜੇਲ੍ਹਾਂ ਨੂੰ ਵਿਜ਼ਿਟ ਕਰਦਾ ਚਾਹੇ ਉਹ ਆਪਣੇ ਕੈਦੀ ਨੂੰ ਕਿਸੇ ਨੂੰ ਰਿਸ਼ਤੇਦਾਰ ਸੱਜਣ ਮਿੱਤਰ ਨੂੰ ਮਿਲ ਲ ਜਾਂਦਾ ਤੇ ਉਹਦੇ ਨਿਸ਼ਾਨੀ ਲਾ ਕੇ ਤੋਰਿਆ ਜਾਂਦਾ ਬਹੁਤ ਕੁਝ ਹੈ ਇਦਾਂ ਦਾ ਬਲੱਡ ਗਰੁੱਪ ਦੇਖਿਆ ਜਾ ਸਕਦਾ ਹੈ ਔਰ ਆਧਾਰ ਕਾਰਡ ਦੇ ਵਿੱਚ ਅੱਖਾਂ ਦੇ ਰੈਟੀਨਾ ਦੀ ਬਿਲਕੁਲ ਉੱਥੇ ਛਾਪ ਹੁੰਦੀ ਹੈ ਫਿੰਗਰਪ੍ਰਿੰਟਸ ਹੁੰਦੇ ਨੇ ਆਵਾਜ਼ ਦੀ ਥੈਰੇਪੀ ਹੈ ਆਵਾਜ਼ ਦੇ ਹਿਸਾਬ ਨਾਲ ਦੇਖਿਆ ਜਾ ਸਕਦਾ ਬੰਦਾ ਅਸਲੀ ਹੈ ਕਿ ਨਕਲੀ ਹੈ ਦ ਡੀਐਨਏ ਹੈ ਬਹੁਤ ਕੁਝ ਹੈ ਸਿਸਟਮ ਚ ਉਨਖਾਲੀਏ ਕਹਦਣਾ ਕਿ ਕ੍ਰਾਫਟਿੰਗ ਲੱਗਦੀ ਪਈ ਵੀਡੀਓ ਇਹ ਲੋਕਾਂ ਨੂੰ ਨਾ ਬਿਲਕੁਲ ਗਮਰਾਹ ਕਰਨ ਵਾਲੀ ਐਵੇਂ ਹੀ ਅਫਰਾ ਤਫਰੀ ਦੇ ਹਾਲਾਤ ਪੈਦਾ ਕਰਨ ਵਾਲੀਆਂ ਗੱਲਾਂ ਨਹੀਂ ਇਹਨਾਂ ਗੱਲਾਂ ਚੋਂ ਕੁਝ ਨਹੀਂ ਨਿਕਲਣਾ ਔਰ ਨਾ ਹੀ ਇਹਦਾ ਕੋਈ ਲੋਕਾਂ ਨਾਲ ਇਹਦਾ ਕੀ ਸੁਰੂਕਾਰ ਆ ਬਈ ਹੈਨਾ ਸਾਰੀ ਦੁਨੀਆ ਧਾਰਮਿਕ ਨਹੀਂ ਸਾਰੀ ਦੁਨੀਆ ਉਹਦੇ ਚੇਲੇ ਬਾਲਕੇ ਨਹੀਂ ਹਮ ਆਰਾਮ ਰਹੀਮ ਦੇ ਸੋ ਆਮ ਲੋਕਾਂ ਦਾ ਇਹਦੇ ਨਾਲ ਕੀ ਸੁਰੂਕਾਰ ਆ ਕੋਈ ਸੁਰੂਕਾਰ ਨਹੀਂ ਹੈਨਾ ਆਮ ਲੋਕਾਂ ਦਾ ਤਾਂ ਰੋਟੀ ਰੋਜ਼ੀ ਨਾਲ ਸਰੋਕਾਰ ਆ। ਐਗਜ਼ੈਕਟ ਗੇਤੋ ਸਰਕਾਰਾਂ ਮੰਨਕਰ ਹੋ ਰਹੀਆਂ ਐ, ਭ੍ਰਿਸ਼ਟ ਸੈਸਦਨ ਮੰਨਕਰ ਹੋ ਰਹੇ ਆ। ਬਿਲਕੁਲ। ਔਰ ਲੋਕਾਂ ਨੂੰ ਉਹਨਾਂ ਅਸਲੀ ਮੁੱਦਿਆਂ ਤੋਂ ਉਹਨਾਂ ਦਾ ਧਿਆਨ ਲਾਂਭੇ ਕਰਨ ਲਈ ਇਦਾਂ ਦੇ ਮੁੱਦੇ ਉਭਾਰੇ ਜਾਂਦੇ ਆ। ਇੱਕ ਹੋਰ ਮੁੱਦਾ ਵੀ ਤੇ ਬੜਾ ਉਭਾਰਿਆ ਜਾ ਰਿਹਾ ਨਾ। ਜੀ। ਪਹਿਲਾਂ ਕਦੇ ਨਹੀਂ ਦੇਖਿਆ ਸੀ। ਜੀ। ਉਹਨੇ ਥੋੜੇ-ਥੋੜੇ ਵਕਫੇ ਬਾਦ ਖਾਲਿਸਤਾਨ ਦੇ ਨਾਰੇ। ਜੀ। ਕਦੀ ਕਿਤੇ ਲਿਖੇ ਮਿਲਦੇ ਨੇ, ਕਦੀ ਕਿਤੇ ਲਿਖੇ ਮਿਲਦੇ ਨੇ। ਇਹ ਵੀ ਤਾਂ ਇੱਕ ਨਵੀਂ ਗੱਲ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਹ ਕੌਣ ਨੇ ਇਹਦੇ ਪਿੱਛੇ ਜੋ ਪੰਜਾਬ ਦੇ ਮਾਹੌਲ ਨੂੰ ਬਿਗਾੜਨ ਲੱਗੇ ਹੋਏ ਨੇ ਕਿਉਂਕਿ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਐਵੇਂ ਥਾਂ ਥਾਂ ਦੇ ਉੱਤੇ ਇਹ ਚੀਜ਼ ਲਿਖ ਦਿੱਤੀ ਜਾਂਦੀ ਆ ਦੇਖੋ ਇਹ ਵੀ ਐਮੀ ਅਫਰਾ ਤਫਰੀ ਵਾਲੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਆ ਔਰ ਇਹ 80ਆਂ ਦੇ ਵਾਲੇ ਹਾਲਾਤ ਜਿਹੜੇ ਆ ਜਿਹੜੇ 80ਆਂ ਦੇ ਸ਼ੁਰੂ ਤੋਂ ਲੈ ਕੇ ਜਾਂ ਮਿਡ 80s ਤੋਂ ਲੈ ਕੇ ਹਾਂਜੀ अर्ਲੀ 90s ਤੱਕ 90ਵਿਆਂ ਦੇ ਸ਼ੁਰੂ ਤੱਕ 92 93 ਤੱਕ ਰਹੇ ਆ ਉਹਦਾ ਸੰਤਾਪ ਪੰਜਾਬ ਨੇ ਬਹੁਤ ਭੁਗਿਆ ਅੱਜ ਵੀ ਭੋਗ ਰਿਹਾ ਪੰਜਾਬ ਪੰਜਾਬ ਵਾਸੀ ਪੰਜਾਬ ਦੇ ਵਿੱਚ ਉਦੋਂ ਜਿਹੜੀਆਂ ਕੇਂਦਰੀ ਸੁਰੱਖਿਆ ਏਜੰਸੀਆਂ ਲੱਗੀਆਂ ਸੀਗੀਆਂ ਉਹਨਾਂ ਦੇ ਖਰਚੇ ਜੋ ਖਰਚਾ ਹੁੰਦਾ ਹੈਗਾ ਉਹ ਕਰਜ਼ ਚੜਿਆ ਹੀ ਨਹੀਂ ਪੰਜਾਬ ਅਜੇ ਤੱਕ ਮੋੜ ਸਕਿਆ ਜਦ ਕਿ ਉਹ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਵੀ ਇੱਕ ਸੂਬਾ ਜਿਹੜਾ ਆ ਉਹ ਕਿਸੇ ਸੰਕਟ ਵਿੱਚੋਂ ਲੰਘ ਰਿਹਾ ਤਾਂ ਉਹਦੀ ਜਿਹੜੀ ਆ ਉਹਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਉਹ ਪੰਜਾਬ ਅੱਜ ਤੱਕ ਕਰਜ਼ਾ ਲੌਂਦਾ ਲੌਂਦਾ ਹੀ ਯਾਨੀ ਕਿ ਉਹਦਾ ਕਰਜ਼ੇ ਦਾ ਵਿਆਜ ਹੀ ਨਹੀਂ ਅਜੇ ਤੱਕ ਲੱ타 ਕਰਜ਼ਾ ਤਾਂ ਹਲੇ ਮੂਲ ਖੜਾ ਹੈਗਾ ਮੂਲ ਖੜਾ ਉੱਥੇ ਤਾਂ ਉਹ ਮਤਲਬ ਆਪਾਂ ਪਹਿਲਾਂ ਥੋੜਾ ਸੰਤਾਪ ਭੋਗਿਆ ਉਹ ਹੁਣ ਹਲੇ ਕਮੀ ਪੇਸ਼ੀ ਰਹਿ ਗਈ ਆ ਖਾਰਿਸਤਾਨ ਜਿੰਦਾਬਾਦ ਦੇ ਨਾਰੇ ਲਾਉਣ ਦੀ ਬਿਲਕੁਲ ਸਹੀ ਕਹਿੰਦੇ ਹੋ ਤੁਸੀਂ ਕਿਉਂਕਿ ਸੰਤਾਪ ਹੀ ਭੋਗਦਾ ਪਿਆ ਹਮੇਸ਼ਾ ਪੰਜਾਬ ਦਾ ਆਮ ਇਨਸਾਨ ਬਿਲਕੁਲ ਆਮ ਲੋਕ ਤੇ ਸੰਤਾਪ ਹੀ ਭੋਗਦੇ ਪਏ ਔਰ ਇਹ ਜਿਹੜੇ ਲੋਕ ਮਰਜੀਵੜਿਆਂ ਨੂੰ ਸੌਹਾਂ ਚ ਕਈਆਂ ਜਿਹੜੇ ਲੌਂਗਵਾਲ ਬਾਦਲ ਟੋੜੇ ਹੋਰੀਆਂ ਇਹ ਉਹਨਾਂ ਮਰਜੀਬਣਿਆਂ ਦੀਆਂ ਜਦੋਂ 84 ਹਮਲਾ ਹੁੰਦਾ ਦਰਬਾਰ ਸਾਹਿਬ ਤੇ ਉਹਨਾਂ ਮਰਜੀਬਣਿਆਂ ਦੀਆਂ ਲਾਸ਼ਾਂ ਤੋਂ ਬਾਹਾਂ ਖੜੀਆਂ ਕਰਕੇ ਬਾਹਰ ਆਉਣ ਵਾਲੇ ਲੋਕ ਆ ਪੰਜਾਬ ਦੀ ਕਿੰਨੀ ਨੌਜਵਾਨੀ ਮਰਵਾਈ ਆਪਣੇ ਪੁੱਤ ਭਤੀਜੇ ਇਹਨਾਂ ਦੇ ਵਿਦੇਸ਼ਾਂ ਚ ਪੜ੍ਹਦੇ ਸੀ ਬਿਲਕੁਲ ਸਹੀ ਗੱਲ ਹੈ ਮੇਰਾ ਖਿਆਲ ਨੇ ਕਿ ਪੰਜਾਬੀ ਇਸ ਗੱਲ ਨੂੰ ਰਿਪੀਟ ਹੋਣ ਦੇਣਗੇ ਕਿਉਂਕਿ ਬਿਲਕੁਲ ਸਾਰੇ ਜਾਣੇ ਕਮਰ ਕੱਸ ਕੇ ਤਿਆਰ ਨੇ ਬਿਲਕੁਲ ਔਰ ਜੋ ਇਹ ਲੋਕ ਸ਼ੈਤਾਨੀ ਦਿਮਾਗ ਦੇ ਨਾਲ ਇਦਾਂ ਦੀਆਂ ਖੁਰਾਫਾਤਾਂ ਕਰਦੇ ਪਏ ਨੇ ਇਹਨਾਂ ਨੂੰ ਪੂਰਾ ਜਵਾਬ ਦੇਣ ਵਾਸਤੇ ਸਾਰੇ ਪੰਜਾਬੀ ਤਿਆਰ ਨੇ ਕਿਉਂਕਿ ਪਟਿਆਲਾ ਦੇ ਵਿੱਚ ਵੀ ਜਦੋਂ ਇਹ ਖੁਰਾਫਤ ਕੀਤੀ ਹੈ ਉਦੋਂ ਵੀ ਜਵਾਬ ਦਿੱਤਾ ਪੰਜਾਬੀਆਂ ਨੇ ਜਿਲੰਦਰ ਇੱਥੇ ਆਪਣੇ ਦੇਵੀ ਤਲਾਬ ਮੰਦਿਰ ਦੇ ਬਾਹਰ ਲਿਖ ਦਿੱਤੇ ਪਿਛਲੇ ਦਿਨੀ ਪੀਪੀ ਕੰਪਲੈਕਸ ਹੈ ਜਿਹੜਾ ਪੰਜਾਬ ਆਨ ਪੁਲਿਸ ਦਾ ਕੰਪਲੈਕਸ ਉਹਦੀ ਕੰਧ ਤੇ ਲਿਖ ਦਿੱਤੇ ਬਿਲਕੁਲ ਸਹੀ ਗੱਲ ਸੋ ਇਹ ਇਹ ਮੈਂ ਇਹਨੂੰ ਸ਼ਰਾਰਤ ਤੋਂ ਵੱਧ ਕੁਝ ਨਹੀਂ ਸਮਝਦਾ ਬਿਲਕੁਲ ਸ਼ਰਾਰਤ ਹੈ ਐਸਾ ਕੋਈ ਆਰਗੇਨਾਈਜ਼ਡ ਮੂਵਮੈਂਟ ਹੋਵੇ ਉਹ ਇਸ ਤਰ੍ਹਾਂ ਦਾ ਮੈਨੂੰ ਕੁਝ ਨਹੀਂ ਲੱਗਦਾ ਇਹ ਕੁਝ ਸ਼ਰਾਰਤੀ ਤੱਤਾਂ ਦੇ ਕਾਰੇ ਨੇ ਬਿਲਕੁਲ ਸਹੀ ਕਹਿੰਦੇ ਹੋ ਸੋ ਅਮਰੀਕਾ ਦੇ ਵਿੱਚ ਉਹ ਫਿਰ ਤੋਂ ਜੋ ਗਰਭਪਾਤ ਦਾ ਕਾਨੂੰਨ ਹੈ ਜੀ ਉਹਦੀ ਹੁਣ ਦੁਬਾਰਾ ਗੱਲ ਹੋ ਰਹੀ ਹੈ ਕੋਈ ਬਿਲ ਪਾਸ ਹੋਣ ਦੀ ਗੱਲ ਹੋ ਰਹੀ ਆ ਹੁਣ ਉਹ ਬਿਲ ਕਿਦਾਂ ਪਾਸ ਹੋਣਾ ਹੈ ਉਹਦੇ ਬਾਰੇ ਸਾਰੀ ਗੱਲ ਔਰ ਵੱਖੋ ਵਕਤ ਪ੍ਰਕਿਰਿਆ ਮਿਲਦੀਆਂ ਪਈਆਂ ਨੇ ਵੱਖੋ ਵਕਤ ਪ੍ਰਕਿਰਿਆ ਵੀ ਮਿਲਦੀ ਪਈ ਆ ਕਿ ਇਹ ਔਰਤਾਂ ਦਾ ਜੋ ਸੰਵਿਧਾਨਿਕ ਹੱਕ ਕਦੀ ਵੀ ਨਹੀਂ ਰਿਹਾ ਹੁਣ ਇੱਕ ਮਤਲਬ ਉਹਨਾਂ ਨੂੰ ਅੱਗੇ ਵੀ ਕੋਈ ਹੱਕ ਨਹੀਂ ਮਿਲਣਾ ਇਦਾਂ ਦਾ ਉਹ ਮਾਈ ਬਾਡੀ ਮਾਈ ਚੋਇਸ ਵਾਲੀ ਕੋਈ ਗੱਲ ਨਹੀਂ ਹੈ ਮਤਲਬ ਇਹ ਹੈ ਕਿ ਇਸ ਦੇ ਉੱਤੇ ਪੂਰੀ ਤਰ੍ਹਾਂ ਰੋਕ ਥਾਵੇਂ ਪਰ ਦੂਜੀ ਥਾਂ ਦੇ ਉੱਤੇ ਵੀ ਗੱਲ ਹੋ ਰਹੀ ਹੈ ਕਿ ਇਹਦੇ ਉੱਤੇ ਰੋਕ ਥਾਵੇਂ ਨਹੀਂ ਹੋਣੀ ਚਾਹੀਦੀ ਇਹਨੂੰ ਮੁਰ ਤੋਂ ਖੋਲਿਆ ਜਾਵੇ ਉਹੀ ਕਿ ਜੋ ਐਬੋਰਸ਼ਨ ਕਰਾਉਣਾ ਚਾਹੁੰਦੇ ਨੇ ਉਹ ਐਬੋਰਸ਼ਨ ਕਰਵਾ ਸਕਦੇ ਸੋ ਇਹ ਮਿਕਸ ਵਿਚਾਰਤਾਰਾ ਦਾ ਇੱਕ ਟਕਰਾਅ ਹੋ ਗਿਆ ਇਹਦੇ ਬਾਰੇ ਆਪਾਂ ਪਹਿਲਾਂ ਵੀ ਸੰਜੀਵ ਜੀ ਕਾਪੀ ਜਿਕਰ ਕੀਤਾ ਔਰ ਜੋ ਬਾਈਡਨ ਸਾਹਿਬ ਵੀ ਰਾਸ਼ਟਰਪਤੀ ਜਿਹੜੇ ਅਮਰੀਕੀ ਉਹ ਵੀ ਇਹਦੇ ਹੱਕ ਚ ਨਹੀਂ ਗਏ ਇਸ ਕਾਨੂੰਨ ਦੇ ਤਾਂ ਵਿਚ ਵਿਚ ਇਦਾਂ ਦਾ ਵੀ ਰੌਲਾ ਪੈਂਦਾ ਵੀ ਉਹ ਜਿਹੜੀਆਂ ਐਬੋਰਸ਼ਨ ਕਲੀਨਿਕਸ ਨੇ ਜਿੱਤੇ ਦਾ ਉਹ ਬੰਦ ਕਰਵਾਈਆਂ ਜਾ ਰਹੀਆਂ ਕੁ ਸੂਬਿਆਂ ਦੇ ਵਿੱਚ ਕੁ ਸੂਬਿਆਂ ਦੇ ਵਿੱਚ ਖੁੱਲੀਆਂ ਨੇ ਤੇ ਇਹਦਾ ਅਰੂਝੀ ਆਪਾਂ ਦੇਖਦੇ ਆਂ ਵੀ ਧਰਨੇ ਪ੍ਰਦਰਸ਼ਨ ਜਲੂਸ ਨਿਕਲ ਰਹੇ ਆ ਅਮਰੀਕਾ ਦੇ ਵਿੱਚ ਇਹਦੇ ਖਿਲਾਫ ਹੱਕ ਦੇ ਵਿੱਚ ਤਾਂ ਮੈਂ ਕੋਈ ਨਿਕਲਦਾ ਦੇਖਿਆ ਨਹੀਂ ਪਰ ਇਹਦੇ ਖਿਲਾਫ ਪ੍ਰਦਰਸ਼ਨ ਹੁੰਦੇ ਅੱਜ ਵੀ ਆਪਾਂ ਦੇਖ ਰਹੇ ਆ ਤਾਂ ਦੂਜੀ ਗੱਲ ਇਹ ਆ ਪਈ ਦੇਖੋ ਹਰ ਬੰਦੇ ਦਾ ਇਹ ਜਾਤੀ ਮਸਲਾ ਆ ਨਿੱਜੀ ਚੋਇਸ ਆ ਹੈਨਾ ਤੁਸੀਂ ਵਾਟ ਯੂ ਡੂ ਯੂ ਵਨ ਟੂ ਡੂ ਵਿਦ ਯਰ ਬਾਡੀ ਹੈਨਾ ਤੁਸੀਂ ਆਪਣੇ ਸਰੀਰ ਨਾਲ ਕੀ ਕਰਨਾ ਚਾਹੁੰਦੇ ਹੋ ਕੀ ਨਹੀਂ ਕਰਨਾ ਚਾਹੁੰਦੇ ਇਹ ਤੁਹਾਡੀ ਮਰਜ਼ੀ ਤੇ ਨਿਰਪਰ ਕਰਦਾ ਹੈਗਾ ਤੇ ਮਸਲਨ ਕੋਈ 임Pregnant ਔਰਤ ਆ ਉਹ ਨਹੀਂ ਰੱਖਣਾ ਚਾਹੁੰਦੀ ਬੱਚਾ ਤਾਂ ਉਹਨੂੰ ਹੱਕ ਆ ਪੀਓ ਵਰਸ਼ਨ ਕਰਾਵੇ ਠੀਕ ਹੈ ਨਾ ਸੋ ਇੱਥੇ ਸਾਡੇ ਹਿੰਦੁਸਤਾਨ ਦੇ ਵਿੱਚ ਆਪਾਂ ਦੇਖਦੇ ਹਾਂ ਉੱਤਰੀ ਭਾਰਤ ਦੇ ਵਿੱਚ ਤਾਂ ਹੋਰ ਬਸ ਹੱਥ ਨੇ ਪੇ ਜੇ ਕੁੜੀ ਉਹਦੇ ਵਿੱਚ ਸਕੈਨ ਦੇ ਵਿੱਚ ਆ ਗਈ ਤਾਂ ਅਬੋਰਸ਼ਨ ਕਰਾ ਦੋ ਠੀਕ ਹੈ ਜੇ ਪੁੱਤ ਆ ਗਿਆ ਉਹਦਾ ਪ੍ਰੈਗਨਨਸੀ ਚੱਲੇ ਠੀਕ ਆ ਪੂਰੀ ਹੋਵੇ ਬੱਚਾ ਜਨਮ ਲਵੇ ਹੈਨਾ ਸੋ ਉੱਥੇ ਜਿਹੜਾ ਅਬੋਰਸ਼ਨ ਆ ਉਹ ਵੱਖਰੇ ਰੂਪ ਦੇ ਵਿੱਚ ਕਰਵਾਇਆ ਜਾਂਦਾ ਹੈਨਾ ਕਿਉਂਕਿ ਸੋਸਾਇਟੀ ਆਫ ਮਾਈਂਡ ਡਿਫਰੈਂਟ ਹੈ ਨਾ ਪੇ ਉਹ ਉਹ ਅਨਵਾਂਟਡ ਮਦਰਸ ਜਿਹੜੀਆਂ ਆ ਉਹ ਨਹੀਂ ਬਣਨੀਆਂ ਚਾਹੁੰਦੀਆਂ ਹੈਨਾ ਮਤਲਬ ਉਹ ਵੱਖਰਾ ਮੁਲਕ ਹੈ ਉੱਥੋਂ ਦੀ ਮਾਨਸਿਕਤਾ ਵੱਖਰੀ ਹੈ ਲੋਕਾਂ ਦੀ ਹਾਲਾਤ ਬਕਰੇ ਨੇ ਸੋ ਇਸ ਕਰਕੇ ਇਟਸ ਅ ਮੈਟਰ ਆਫ ਚੋਇਸ ਹੈ ਨਾ ਮੈਟਰ ਆਫ ਚੋਇਸ ਆ ਔਰ ਇਹਦੇ ਕਰਕੇ ਕੁਝ ਮੁੰਡੇ ਵੀ ਜਿਦਾ ਆਪਾਂ ਕਿਹਾ ਸੀਗਾ ਕਿ ਉਹ ਨਸਬੰਦੀ ਦੇ ਵੱਲ ਜਾ ਰਹੇ ਨੇ ਕਿ ਨਸਬੰਦੀ ਕਰਵਾਉਣ ਪ੍ਰੈਗਨੈਂਸੀ ਨਾ ਹੋਵੇ ਇਹ ਵੀ ਆ ਔਰ ਪਿੱਛੇ ਜੇ ਵੀ ਨਿਊਜ਼ ਸੀ ਕਿ ਕੁਝ ਚਰਚ ਜ਼ਿਆਦਾ ਐਕਟਿਵ ਹੋ ਗਏ ਨੇ ਔਰ ਜਿਹੜੀਆਂ ਔਰਤਾਂ ਐਬੋਰਸ਼ਨ ਵਾਸਤੇ ਜਾਂਦੀਆਂ ਨੇ ਉਹਨਾਂ ਨੂੰ ਸਜ਼ਾ ਦਿਲਵਾਉਣ ਵਾਸਤੇ ਉਹਨਾਂ ਦੀ ਰਿਪੋਰਟਿੰਗ ਕੀਤੀ ਜਾ ਗੌਰਮੈਂਟ ਨੂੰ ਇਸ ਵਾਸਤੇ ਐਕਟਿਵ ਹੋ ਗਏ ਨੇ ਮਿਕਸ ਜਿਹਾ ਥਿਊ ਮਿਲਦੇ ਪਏ ਨੇ ਜਿੱਦੇ ਕਰਕੇ ਪੂਰੇ ਸਮਾਜ ਦੇ ਵਿੱਚ ਬਹੁਤ ਤਗੜੀ ਹਲਚਲ ਆ ਮਿਲ ਕੇ ਚਰਚ ਬਾਰੇ ਵੀ ਆਪਾਂ ਜਾਣਨੀ ਆ ਵੀ ਸਟੇਟ ਦਾ ਇੱਕ ਧਰਮ ਇਕੰਗ ਹੈ ਆਕੰਗ ਹੈ ਹੈਨਾ ਤੇ ਜਿਹੜੀਆਂ ਗੱਲਾਂ ਮਤਲਬ ਸਰਕਾਰਾਂ ਅਸਿੱਧੇ ਢੰਗ ਨਾਲ ਬਣਾਉਣੀਆਂ ਚਾਹੁੰਦੀਆਂ ਹੁੰਦੀਆਂ ਉਹ ਧਰਮ ਦੇ ਮੋਢਿਆਂ ਤੇ ਰੱਖ ਕੇ ਮਨਵਾ ਲੈਂਦੀਆਂ ਲੋਕਾਂ ਨੂੰ ਸੁਣਦਾ ਹੈ ਔਰ ਇਹ ਇੱਕ ਡਾਇਰੈਕਟ ਗੱਲ ਜਿਹੜੀ ਜਾ ਕੇ ਜੁੜਦੀ ਹੈ ਨਾ ਹਿਊਮਨ ਰਾਈਟਸ ਦੇ ਨਾਲ ਜੁੜਦੀ ਹੈ ਜੀ ਕਿ ਇੱਕ ਬੰਦਾ ਹਿਊਮਨ ਰਾਈਟਸ ਦੇ ਮੁਤਾਬਿਕ ਉਹ ਕੀ ਕਰ ਸਕਦਾ ਕਿ ਨਹੀਂ ਕਰ ਸਕਦਾ ਅਸੀਂ ਉੱਥੇ ਜਾ ਕੇ ਜ਼ਰੂਰ ਕੁਐਸਚਨ ਮਾਰਕ ਲਗਾਉਣੇ ਆ ਕਿ ਜਦੋਂ ਆਪਾਂ ਦੇਖਦੇ ਆ ਕਿ ਇਹ ਸਮਾਜ ਦੇ ਖਿਲਾਫ ਤਾਂ ਨਹੀਂ ਜੀ ਜਾਂ ਕਿਸੇ ਦੂਜੇ ਦੇ ਖਿਲਾਫ ਤਾਂ ਨਹੀਂ ਜਾ ਰਿਹਾ ਕੋਈ ਗੱਲ ਉੱਥੇ ਅਸੀਂ ਜ਼ਰੂਰ ਉਹਨੂੰ ਰੋਕ ਦਿਆ ਕਿ ਕੋਈ ਕਿਸੇ ਇਦਾਂ ਨਹੀਂ ਕਰ ਸਕਦੇ ਜੀ ਜੇ ਕੋਈ ਗੱਲ ਜਿਹੜੀ ਆ ਸਮਾਜ ਦੇ ਖਿਲਾਫ ਜਾਂਦੀ ਆ ਮੁਆਸ਼ਰੇ ਦੇ ਖਿਲਾਫ ਜਾਂਦੀ ਆ ਉਹਨਾਂ ਕਿਸੇ ਦਾ ਨੁਕਸਾਨ ਹੁੰਦਾ ਆ ਉਹ ਤਾਂ ਉਹ ਤਾਂ ਚੈੱਕ ਕਰਨੀ ਬਣਦੀ ਆ ਪਰ ਜੇ ਉਹਦਾ ਕੋਈ ਸਮਾਜ ਨੂੰ ਨੁਕਸਾਨ ਨਹੀਂ ਕਿਸੇ ਦੂਸਰੇ ਬੰਦੇ ਨੂੰ ਨੁਕਸਾਨ ਨਹੀਂ ਪਰਸਨਲ ਚੋਇਸ ਆ ਪਰਸਨਲ ਚੋਇਸ ਆ ਤਾਂ ਫਿਰ ਤਾਂ ਯੂ ਸ਼ੁਡ ਬੀ ਫਰੀ ਇੱਕ ਡਿਫਰੈਂਟ ਆਸਪੈਕਟ ਬਣ ਜਾਂਦਾ ਪਰ ਹੁਣ ਦੇਖੋ ਕਿਦਾਂ ਇਹ ਗਵਰਨਮੈਂਟ ਡੀਲ ਕਰਦੀ ਹੈ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਕਿ ਤਾਂ ਆਉਣ ਵਾਲਾ ਟਾਈਮ ਦੱਸੇਗਾ ਜਦੋਂ ਕੋਈ ਫਾਈਨਲ ਸਟੇਟਮੈਂਟ ਉਹਦੇ ਉੱਤੇ ਆਉਂਦੀ ਉਹ ਫਾਈਨਲ ਕਾਨੂੰਨ ਬਣਦਾ ਇੱਕ ਆਪਾਂ ਇੱਕ ਛੋਟੀ ਜੀ ਨਿਊਜ਼ ਹੋਰ ਲਵਾਂਗੇ ਕਿ ਡਰੱਗਸ ਦਾ ਪੂਰੀ ਦੁਨੀਆ ਦੇ ਜਾਲ ਵਿੱਚ ਆਇਆ ਪੂਰਾ ਨੈਟਵਰਕ ਆ ਕਈ ਵਾਰ ਸਾਡੇ ਪੰਜਾਬੀ ਬੰਦੇ ਅਮਰੀਕਾ ਦੇ ਵਿੱਚ ਫਸਦੇ ਨੇ ਡਰੱਗ ਪੈਡਲਿੰਗ ਦੇ ਵਿੱਚ ਅਸੀਂ ਦੇਖਦੇ ਆ ਨਿਊਜ਼ ਆਉਂਦੀ ਆ ਸੋ ਇਹਨੂੰ ਲੈ ਕੇ ਵੀ ਕਈ ਵਾਰ ਬੜੀ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਆ ਕਿ ਕਿਤੇ ਪੰਜਾਬੀ ਕਿੱਦਾਂ ਕਿੱਡੇ ਮਾਰ ਕੇ ਮਾਰਦੇ ਪਏ ਨੇ ਤੇ ਕਿੱਥੇ ਇਹ ਡਰੱਗ ਪੈਡਲਰਸ ਸਾਡੇ ਪੰਜਾਬੀ ਲੋਕ ਆ ਬਾਹਰ ਇਹੀ ਕੁਝ ਕਰਨ ਗਏ ਸੀ ਪਰ ਮਜਬੂਰੀਆਂ ਪਰ ਪਤਾ ਨਹੀਂ ਕੀ ਹਾਲਾਤ ਨੇ ਜੋ ਇਹ ਕਰਦੇ ਆ ਮਜਬੂਰੀ ਜਿਹੜੀ ਮਰਜ਼ੀ ਵੀ ਹੋਵੇ ਇਹ ਜਿੱਦਾਂ ਦੇ ਮਾਵਾ ਦੇ ਪੁੱਤ ਇੱਥੇ ਆ ਇਦਾਂ ਦੇ ਉੱਥੇ ਆ ਉੱਥੇ ਆ ਜੇ ਉੱਥੇ ਵੀ ਕੋਈ ਨਸ਼ੇ ਨਸ਼ਿਆਂ ਦੀ ਦਲਦਲ ਦੇ ਵਿੱਚ ੱਟਕੇ ਜਾਂਦੇ ਆ ਜਾਂ ਲੋਕ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਤੇ ਨੇ ਤਾਂ ਉਹ ਕਸੂਰवार ਉਹਦੇ ਲਈ ਫੇਰ ਨਸ਼ਾ ਵੇਚਣ ਵਾਲੀ ਆ ਨਾ ਹੂੰ ਮਨਾਫਾ ਕਮਾਉਣ ਵਾਲੇ ਲੋਕ ਹੀ ਆ ਨਾ ਭਾਰਤੀ ਪੰਜਾਬੀ ਉਹਨਾਂ ਚੋਂ ਖਾਸ ਕਰਕੇ ਸਿੱਖ ਬੇहद ਮਿਹਨਤੀ ਆ ਔਰ ਪੂਰੀ ਦੁਨੀਆ ਦੇ ਵਿੱਚ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਸੀ ਕੰਮ ਮਨਵਾਇਆ ਹਾਂਜੀ ਜੇ ਕੈਨੇਡਾ ਅਮਰੀਕਾ ਹੀ ਆਪਾਂ ਦੇਖਿਆ ਜਾਵੇ ਤੇ ਉੱਥੇ ਝੰਡੇ ਗੱਡੇ ਆ ਡਿਫੈਂਸ ਮਨਿਸਟਰ ਤੱਕ ਇੰਡੀਆ ਦੇ ਪਿੱਛੇ ਕੈਨੇਡਾ ਵਾਲੀ ਸੀ ਯੂਕੇ ਦੇ ਵਿੱਚ ਪ੍ਰਾਈਮ ਮਨਿਸਟਰ ਬਣਨ ਵਾਸਤੇ ਹੁਣ ਫੇਰ ਹੁਣ ਉਹ ਸੂਨਕ ਖੋਣਾ ਦਾ ਨਾਮ ਆ ਰਿਹਾ ਹੈ ਨਾ ਜਿਹੜੇ ਪਹਿਲਾਂ ਮਤਲਬ ਜਿਹੜੇ ਸਟੇਟ ਟੈਕਸ ਚੈਕਰ ਸੀਗੇ ਹਾਂਜੀ ਫਾਈਨੈਂਸ ਮਨਿਸਟਰ ਸੀਗੇ ਹਨਾ ਔਰ ਆਕਸਫੋਰਡ ਯੂਨੀਵਰਸਿਟੀ ਦੇ ਪੜ੍ਹੇ ਹੋਏ ਆ ਭਾਰਤੀ ਮੂਲ ਦੇ ਆ ਪਹਿਲਾਂ ਪਟੇਲ ਦੇਖ ਲਓ ਮੈਡਮ ਜਿਹੜੇ ਉੱਥੋਂ ਦੇ ਵਿਦੇਸ਼ ਮੰਤਰੀ ਨੇ ਮੈਡਮ ਹੈਰਿਸਨ ਜੋ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਬਿਲਕੁਲ ਅੱਛਾ ਦੂਸਰੀ ਗੱਲ ਇਹ ਪਈ ਪੰਜਾਬੀਆਂ ਨੇ ਭਾਰਤੀਆਂ ਨੇ ਹਿੰਦੂਸਤਾਨੀਆਂ ਨੇ ਦੁਨੀਆ ਦੇ ਵਿੱਚ ਬਹੁਤ ਤਰੱਕੀਆਂ ਕੀਤੀਆਂ ਠੀਕ ਹੈ ਵੱਖ-ਵੱਖ ਦੁਨੀਆ ਦੇ ਕਿੱਤਿਆਂ ਦੇ ਵਿੱਚ ਪਰ ਜਦੋਂ ਕੁਝ ਕਾਲੀਆਂ ਭੇਡਾਂ ਜਾਂ ਜਦੋਂ ਕੁਝ ਇਹੋ ਜਿਹੇ ਲੋਕ ਜਿਹੜੇ ਨਸ਼ਿਆਂ ਦੇ ਸੌਦਾਗਰ ਨੇ ਉਹ ਨਾਂ ਸਾਹਮਣੇ ਆਉਂਦਾ ਤੇ ਉੱਚ ਪੰਜਾਬੀਆਂ ਦਾ ਆਵੇ ਖਾਸ ਕਰਕੇ ਸਰਦਾਰਾਂ ਦਾ ਤੋ ਬੜੀ ਹੀਠੀ ਵਾਲੀ ਗੱਲ ਮੈਨੂੰ ਲੱਗਦੀ ਹੁੰਦੀ ਆ ਨਮੋਸ਼ੀ ਹੁੰਦੀ ਆ ਨਮੋਸ਼ੀ ਹੁੰਦੀ ਆ ਤਾਂ ਉੱਥੇ ਆਮ ਹੀ ਕੈਨੇਡਾ ਅਮਰੀਕਾ ਦੇ ਵਿੱਚ ਮਸ਼ਹੂਰ ਹੁੰਦਾ ਵੀ ਜੇ ਕੁਸੇ ਦੀ ਵੱਡੀ ਗੱਡੀ ਹੋਵੇ ਨਾ ਤੇ ਕਈਆਂ ਨੇ ਆਪਣੀ ਗੱਡੀ ਦੇ ਮਗਰ ਲਿਖਵਾਇਆ ਹੁੰਦਾ ਇਹ ਗੱਡੀ ਗੇੜੇ ਦੀ ਨਹੀਂ ਗੇੜਾ ਪਾਪ ਇਹ ਇਹ ਕੋਈ ਮੈਂ ਬਾਰਡਰ ਦੇ ਆਰ ਪਾਰ ਨਸ਼ਾ ਪਹੁੰਚਾ ਕੇ ਧਾਨੀ ਸੀ ਬਟੋਰਿਆ ਜਿਹਦੀ ਇਹ ਗੱਡੀ ਲਈ ਪਾਪ ਉਸ ਕੀੜੇ ਦੀ ਨਹੀਂ ਹਨਾ ਵੀ ਮੇਰੀ ਆਪਣੀ ਕਮਾਈ ਦੀ ਹੈ ਮਿਹਨਤ ਦੀ ਹੈ ਤਾਂ ਵੀ ਮੇਰੀ ਕਮਾਈ ਦੀ ਗੱਡੀ ਹੈਗੀ ਆ। ਹਾਂਜੀ ਐਗਜ਼ੈਕਟਲੀ। ਸੋ ਇਹ ਕਿਉਂ ਲਿਖਣਾ ਪਵੇ ਪੰਜਾਬੀਆਂ ਨੂੰ? ਇਹਦਾ ਮਤਲਬ ਕਿ ਗੇੜਿਆਂ ਦੀਆਂ ਗੱਡੀਆਂ ਲੋਕ ਲੈਂਦੇ ਆ। ਅ ਕਈ ਵਾਰੀ ਆਪਣੇ ਟਰੱਕਾਂ ਦੇ ਵਿੱਚੋਂ ਜਿਹੜਾ ਮਾਲ ਦੇ ਵਿੱਚੋਂ ਆਪਾਂ ਨਸ਼ੀਲੇ ਪਦਾਰਥ ਦੇਖਦੇ ਆ ਬਰਾਮਦ ਹੁੰਦੇ ਸਰਹੱਦਾਂ ਦੇ ਉੱਤੇ। ਖਾਸ ਕਰਕੇ ਕੈਨੇਡਾ ਅਮਰੀਕਾ ਦੀ ਸਰਹੱਦ ਦੇ ਉੱਤੇ ਤਾਂ ਇਹ ਸਾਡੇ ਲਈ ਨਮੋਸ਼ੀ ਵਾਲੀ ਗੱਲ ਆ। ਔਰ ਸਾਡੇ ਨੌਜਵਾਨਾਂ ਨੂੰ ਵੀ ਜਿਹੜੀ ਮਿਹਨਤ ਦੀ ਕਮਾਈ ਹੁੰਦੀ ਆ ਨਾ ਉਹਦਾ ਮਿਹਨਤ ਦੀ ਰੋਟੀ ਹੁੰਦੀ ਆ ਉਹਦਾ ਵੱਖਰਾ ਹੀ ਆਨੰਦ ਆਉਂਦਾ ਬਿਲਕੁਲ ਸਹੀ ਗੱਲ ਹੈ ਪੰਜਾਬ ਦੇ ਵਿੱਚ ਵੀ ਇਹ ਮੁਹਿੰਮ ਤੇਜ਼ ਆ ਕਿ ਨਸ਼ਿਆਂ ਨੂੰ ਨੱਥ ਪਾਈ ਜਾਵੇ ਨਸ਼ਿਆਂ ਨੂੰ ਖਤਮ ਕੀਤਾ ਜਾਵੇ ਡਰਗ ਫਰੀ ਸਟੇਟ ਕੀਤੀ ਜਾਵੇ ਜੀ ਔਰ ਰਿਪੋਰਟਸ ਵੀ ਮਿਲਦੀਆਂ ਨੇ ਕਿ ਗਵਰਨਮੈਂਟ ਨੂੰ ਲਿਖ ਕੇ ਪਿੰਡ ਵਾਲਿਆਂ ਨੇ ਦੱਸਿਆ ਕਿ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਨਸ਼ਿਆਂ ਕਰਕੇ ਉਹਨਾਂ ਨੂੰ ਬਦਨਾਮੀ ਜਿਹੜੀ ਹੈ ਗੇੜੇ ਵਾਲੀ ਗੱਡੀ ਨਹੀਂ ਉਹਨਾਂ ਦੇ ਉੱਤੇ ਵੀ ਕੋਈ ਟੈਗ ਲੱਗਿਆ ਹੁੰਦਾ ਖਾਸ ਖਾਸ ਕਰਕੇ ਜਿਹੜੇ ਪਾਕਿਸਤਾਨ ਨਾਲ ਲੱਗਦੇ ਪਿੰਡ ਨੇ ਬਾਰਡਰ ਦੇ ਕੋਲ ਨੇ ਸਰਹਦੀ ਪਿੰਡ ਸਰਹਦੀ ਪਿੰਡ ਨੇ ਉਹਨਾਂ ਉੱਤੇ ਵੀ ਇਲਜ਼ਾਮ ਲੱਗਦੇ ਨੇ ਕਿ ਇਹ ਨਸ਼ਾ ਇੱਧਰ ਉੱਧਰ ਤਸਕਰੀ ਕਰਦੇ ਨੇ ਉਹਨਾਂ ਦੇ ਵੀ ਬੱਚਿਆਂ ਦੀ ਜੀਵਨ ਸ਼ੈਲੀ ਨੂੰ ਲੈ ਕੇ ਕੁਐਸਚਨ ਮਾਰਕਸ ਲੱਗਦੇ ਨੇ ਕਿ ਉਹਨਾਂ ਦੇ ਵਿਆਹ ਨਹੀਂ ਹੁੰਦੇ ਜਾਂ ਉਹ ਬਦਨਾਮ ਕੀਤੇ ਜਾਂਦੇ ਉਹਨਾਂ ਨੂੰ ਵਕ ਵਕ ਨਾਵਾਂ ਤੋਂ ਬੁਲਾਇਆ ਜਾਂਦਾ ਤੋਂ ਇਦਾਂ ਦੀਆਂ ਗੱਲਾਂ ਇੱਥੇ ਵੀ ਦੇਖਣ ਨੂੰ ਮਿਲਦੀਆਂ ਨੇ ਤੇ ਨਸ਼ੇ ਦਾ ਪੂਰੀ ਸੋਸਾਇਟੀ ਦੇ ਵਿੱਚ ਆਪਾਂ ਸਿੱਧੀ ਗੱਲ ਕਰਾਂਗੇ ਹਿਊਮਨ ਲਾਈਫ ਮੈਟਰਸ ਬਹੁ ਡਰੱਗਸ ਜਿਹੜੇ ਨੇ ਉਹ ਹਿਊਮਨ ਲਾਈਫ ਨੂੰ ਤਬਾਹ ਕਰਕੇ ਰੱਖਦੇ ਬਿਲਕੁਲ ਬਿਲਕੁਲ ਸੋ ਹੁਣ ਸਮਾਂ ਕੀ ਕਹਿੰਦਾ ਆਪਾਂ ਸਮਨਾ ਅੱਜ ਆ ਗਿਆ ਰਹਿਣਾ ਹੁਣ ਆ ਗਿਆ ਫੇਰ ਤੇ ਆਉਂਦੇ ਹਫਤੇ ਆਪਾਂ ਫੇਰ ਬਿਲਕੁਲ ਜੀ ਆਪਾਂ ਆਪਣੇ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਵਾਂਗੇ ਨਵੇਂ ਐਪੀਸੋਡ ਦੇ ਨਾਲ ਨਵੇਂ ਮੁੱਦਿਆਂ ਦੇ ਨਾਲ ਨਵੇਂ ਐਪੀਸੋਡ ਤੇ ਨਵੇਂ ਮੁੱਦੇ ਲਵਾਂਗੇ ਜੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਆਪਣੇ ਸਾਨੂੰ ਵਿਚਾਰ ਇਨਬਾਕਸ ਜ਼ਰੂਰ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ ਯੂਐਸਏ ਟੀਵੀ ਸਬਸਕ੍ਰਾਈਬ ਕਰੋ ਜੀ ਔਰ ਹਮੇਸ਼ਾ ਦੇਖਦੇ ਰਹੋ ਪੰਜਾਬ ਮਿਲ ਯੂਐਸਏ ਟੀਵੀ